ਸ਼ੁਰੂਆਤ ਮੈਂ ਪਾਸੀ ਸਾਹਿਬ ਤੁਹਾਡੇ ਤੋਂ ਕਰੂੰਗਾ। ਜਿਸ ਤਰੀਕੇ ਦੀ ਇਲਜ਼ਾਮਬਾਜ਼ੀ ਅੱਜ ਹੋਈ ਹੈ, ਹਾਲਾਂਕਿ ਬੀਜੇਪੀ ਨੇ ਵੀ ਪਲਟਵਾਰ ਕੀਤੇ ਨੇ, ਪਰ ਜਿਸ ਤਰੀਕੇ ਨਾਲ ਸਿੱਧਾ ਸਿੱਧਾ ਉਹੀ ਓਪਰੇਸ਼ਨ ਲੋਟਸ ਦਾ ਵਾਰ ਵਾਰ ਜ਼ਿਕਰ ਹੋਇਆ ਔਰ ਬੀਜੇਪੀ ਕਹਿੰਦੀ ਹੈ ਕਿ ਇਹ ਸਭ ਫੇਕ ਹੈ, ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਹੀਆਂ ਜਾਂਦੀਆਂ ਨੇ, ਬਾਅਦ ਦੇ ਵਿੱਚ ਉਹਦੇ 'ਚੋਂ ਕੁਛ ਨਹੀਂ ਨਿਕਲਦਾ। ਦੋ ਹੋਰ ਮੰਤਰੀਆਂ ਦਾ ਅੱਜ ਨਾਮ ਆਇਆ, ਕਵਾਇਦ ਚੱਲ ਰਹੀ ਹੈ, ਅਰਵਿੰਦ ਕੇਜਰੀਵਾਲ ਅਤੇ ਹੜ੍ਹ ਪਹੁੰਚ ਗਏ ਨੇ। ਕੀ ਹੁਣ ਸਰਕਾਰ ਜਿਹੜੀ ਹੈ ਉਹ ਇਸੇ ਤਰੀਕੇ ਨਾਲ ਜੇਲ੍ਹ ਤੋਂ ਚੱਲੇਗੀ? ਬਰਾੜ ਸਾਹਿਬ, ਤੁਹਾਨੂੰ ਵੀ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਓਪਰੇਸ਼ਨ ਲੋਟਸ ਇੱਕ ਅਜਿਹਾ ਸ਼ਬਦ ਹੈ ਜੋ ਬੀਜੇਪੀ ਨੇ ਖੁਦ ਹੀ ਵਾਰ ਵਾਰ ਪ੍ਰੂਵ ਕੀਤਾ। ਅਗਰ ਆਮ ਆਦਮੀ ਪਾਰਟੀ ਨੇ, ਸਾਡੀ ਪਾਰਟੀ ਨੇ ਓਪਰੇਸ਼ਨ ਲੋਟਸ ਦੀ ਗੱਲ ਕੀਤੀ ਹੈ ਤਾਂ ਤੁਸੀਂ ਦੇਖਿਆ ਹੋਣਾ ਕਿ ਖੁਦ ਅਮਿਤ ਸ਼ਾਹ ਜੀ ਖੇਲਾ ਸ਼ਬਦ ਯੂਜ਼ ਕਰਦੇ ਸੀ, ਕਿਉਂਕਿ ਓਪਰੇਸ਼ਨ ਲੋਟਸ ਬੀਜੇਪੀ ਕਰਨ ਦਾ ਪੂਰਾ ਜ਼ੋਰ ਲਗਾ ਰਹੀ ਹੈ। ਜਿਹਦੀ ਸਭ ਤੋਂ ਵੱਡੀ ਇਗਜ਼ਾਮਪਲ ਅੱਜ ਰਿਤੂ ਰਾਜ ਝਾਅ ਜੀ ਨੇ ਕੀ ਦੱਸਿਆ ਕਿ ਉਹਨਾਂ ਨੂੰ ਸਾਈਡ 'ਤੇ ਬੁਲਾ ਕੇ 3-4 ਬੰਦਿਆਂ ਨੇ 25-25 ਕਰੋੜ ਦੀ ਔਫਰ ਦਿੱਤੀ। ਉਸ ਤੋਂ ਪਹਿਲਾਂ ਪੰਜਾਬ ਦੇ ਕਿੰਨੇ MLA ਦੱਸ ਚੁੱਕੇ, ਉਹਨਾਂ ਨੇ ਮੋਬਾਈਲ ਨੰਬਰ ਤੱਕ ਦੱਸੇ ਹੈ ਕਿ ਕਿੱਦਾਂ ਉਹਨਾਂ ਨੂੰ ਅਪਰੋਚ ਕੀਤੀ ਜਾ ਰਹੀ ਹੈ। ਤੀਸਰੀ ਅਹਿਮ ਚੀਜ਼ ਬਰਾੜ ਸਾਹਿਬ, ਕਿ ਉਹੀ ਅੰਗੁਰਾਲ ਜੋ ਖੁਦ ਬੋਲ ਰਹੇ ਸੀ ਕੈਮਰਿਆਂ ਦੇ ਸਾਹਮਣੇ ਕਿ ਉਹਨਾਂ ਨੂੰ ਅਪਰੋਚ ਕੀਤਾ ਗਿਆ, ਲਾਲਚ ਦਿੱਤਾ ਗਿਆ, ਅਤੇ ਉਸ ਤੋਂ ਬਾਅਦ ਉਹ ਗਏ ਵੀ ਹੈ। ਸੋ ਕਹਿੰਦੇ ਨੇ ਪੀਪਲ ਮੇ ਡਾਊਟ ਵਟ ਯੂ ਸੇ ਬਟ ਦੇ ਆਲਵੇਜ਼ ਬਿਲੀਵ ਵਟ ਯੂ ਡੂ। ਬੀਜੇਪੀ ਲਗਾਤਾਰ ਅੰਗੁਰਾਲ ਨੇ ਤਾਂ ਕਿਹਾ ਕਿ ਸਾਡੇ ਤੋਂ ਸਾਰਾ ਡਰਾਮਾ ਕਰਵਾਇਆ ਗਿਆ ਸੀ, ਨਹੀਂ ਨਹੀਂ ਉਹ ਤਾਂ ਫਸ ਗਏ ਟ੍ਰੈਪ ਦੇ ਵਿੱਚ, ਉਹ ਤਾਂ ਬੀਜੇਪੀ 'ਚ ਜਾਣ ਤੋਂ ਬਾਅਦ। ਉਹੀ ਅੰਗੁਰਾਲ ਹੈ ਨਾ ਜਿਹਨਾਂ ਨੂੰ ਟਿਕਟ ਦੇ ਕੇ MLA ਬਣਾਇਆ ਆਮ ਆਦਮੀ ਪਾਰਟੀ ਨੇ, ਔਰ ਉਦੋਂ ਉਹ ਕੀ ਕਹਿ ਰਹੇ ਸੀ ਕਿ ਹਾਂਜੀ ਸਾਨੂੰ ਅਪਰੋਚ ਕੀਤਾ ਗਿਆ ਬੀਜੇਪੀ 'ਚ ਜਾਣ ਤੋਂ ਬਾਅਦ, ਕਿਉਂਕਿ ਅੰਗੁਰਾਲ ਸਾਹਿਬ ਦੇ ਖਿਲਾਫ ਕਈ ਕੇਸ ਸਾਹਮਣੇ ਆਏ ਸੀ। ਉਸ ਤੋਂ ਬਾਅਦ ਕੀ ਪਿੱਛੇ ਖੇਲ ਹੋਇਆ ਇਹ ਤਾਂ ਹੁਣ ਅੰਗੁਰਾਲ ਸਾਹਿਬ ਔਰ ਬੀਜੇਪੀ ਦੱਸ ਸਕਦੇ ਹੈ, ਪਰੰਤੂ ਜਿੱਥੋਂ ਤੱਕ ਲੋਟਸ ਦੀ ਗੱਲ ਹੈ ਤਾਂ ਇਹ ਓਪਰੇਸ਼ਨ ਲੋਟਸ ਲਗਾਤਾਰ ਬੀਜੇਪੀ ਖੇਲ ਰਹੀ ਹੈ, ਔਰ ਇਕੱਲੇ ਪੰਜਾਬ 'ਚ ਨਹੀਂ, ਤੁਸੀਂ ਦੇਖਿਆ ਹੋਣਾ ਮਹਾਰਾਸ਼ਟਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਬੀਜੇਪੀ ਨੂੰ ਲੋਕਾਂ ਨੇ ਨਕਾਰਤਾ ਸੀ ਉੱਥੇ ਕੀ ਖੇਲੇ ਹੋਏ ਹੈ, ਉਸ ਤੋਂ ਬਾਅਦ ਹਿਮਾਚਲ ਦੇ ਵਿੱਚ, ਚੰਡੀਗੜ੍ਹ ਦੇ ਵਿੱਚ। ਸੋ ਇਹ ਜਿਹੜਾ ਇੱਕ ਤਾਂ ਇਹ ਕਹਿਣਾ ਆਪਾਂ ਨੂੰ ਹੁਣ ਛੱਡ ਦੇਣਾ ਚਾਹੀਦਾ ਕਿ ਕੀ ਓਪਰੇਸ਼ਨ ਲੋਟਸ ਹੋ ਰਿਹਾ ਜਾਂ ਨਹੀਂ, ਡੈਫੀਨੇਟਲੀ ਬੀਜੇਪੀ ਹਰ ਵਿਰੋਧੀ ਸਰਕਾਰ ਦੇ ਖਿਲਾਫ ਓਪਰੇਸ਼ਨ ਲੋਟਸ ਚਲਾਉਂਦੀ। ਨਹੀਂ, ਤੁਹਾਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਰਾਜ ਦਿੱਲੀ ਦੇ ਵਿੱਚ ਲੱਗਣ ਜਾ ਰਿਹਾ? ਕਿਉਂ ਲੱਗਦਾ ਹੈ ਆਮ ਆਦਮੀ ਪਾਰਟੀ ਨੂੰ, ਕਿਉਂ ਲੱਗਦਾ? ਦੇਖੋ, ਜਦੋਂ ਤੱਕ ਮਾਨਯੋਗ ਸੁਪਰੀਮ ਕੋਰਟ ਹੈ, ਬੀਜੇਪੀ ਦਾ ਇਹ ਮਨਸੂਬਾ ਕਾਮਯਾਬ ਨਹੀਂ ਹੋ ਪਾਏਗਾ, ਪਰੰਤੂ ਬੀਜੇਪੀ ਹਰ ਹੱਥਕੰਡਾ ਅਪਣਾ ਰਹੀ ਹੈ। ਅੱਜ ਰਿਤੂ ਰਾਜ ਝਾਅ ਜੀ ਨੇ ਸਪਸ਼ਟਤਾ ਦੱਸਿਆ ਕਿ ਤੁਸੀਂ 25-25 ਕਰੋੜ ਲੈ ਲਓ, ਨਹੀਂ ਤੁਹਾਨੂੰ ਕੁਛ ਨਹੀਂ ਮਿਲਣਾ, ਰਾਸ਼ਟਰਪਤੀ ਰਾਜ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਦੂਸਰੀ ਅਹਿਮ ਚੀਜ਼ ਇਹਦੇ ਵਿੱਚ ਤੁਸੀਂ ਦੇਖੋ ਕਿ ਬੀਜੇਪੀ ਨੇ ਇੱਕ ਸ਼ੋਸ਼ਾ ਬਣਾਇਆ, ਇੱਕ ਫੇਕ ਸਟੋਰੀ ਬਣਾਈ ਐਕਸਾਈਜ਼ ਪੋਲਿਸੀ ਦੇ ਸਕੈਮ ਦੇ ਨਾਂ 'ਤੇ। ਅੱਜ ਤੱਕ 1 ਰੁਪਿਆ ਵੀ ਬਰਾਮਦ ਨਹੀਂ ਹੋਇਆ, 1 ਰੁਪਏ ਦੀ ਟ੍ਰੇਲ ਨਹੀਂ ਪਤਾ ਲੱਗੀ। 11 ਦਿਨ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਤੁਸੀਂ ED ਦੇ ਰਿਮਾਂਡ 'ਤੇ ਰੱਖ ਰਹੇ ਹੋ, ਔਰ ED 1 ਰੁਪਿਆ ਵੀ ਪਤਾ ਨਹੀਂ ਕਰ ਪਾਈ। ਤੁਹਾਡੇ ਯਾਦ ਹੋਏਗਾ ਜਦੋਂ ਪਹਿਲਾ ਰਿਮਾਂਡ ਖਤਮ ਹੋਇਆ, ਕੇਜਰੀਵਾਲ ਜੀ ਨੇ ਕੀ ਕਿਹਾ? ਉਹਨਾਂ ਨੇ ਕਿਹਾ ਲਓ ਕਿੰਨੇ ਦਿਨਾਂ ਦਾ ਰਿਮਾਂਡ ਲੈਂਦੇ ਹੋ। ਮੇਰਾ ਇਹਦੇ ਟੈਕਨੀਕਲ ਸਵਾਲ ਹੈ, ਤੁਸੀਂ ਐਡਵੋਕੇਟ ਹੋ ਪਾਸੀ ਸਾਹਿਬ, ਇਹ ਚੀਜ਼ਾਂ ਕੋਰਟ ਦੇ ਵਿੱਚ ਕਿਉਂ ਨਹੀਂ ਸਮਝਾ ਪਾਈ, ਜਾਂ ਕੋਰਟ ਕਿਉਂ ਨਹੀਂ ਸਮਝ ਪਾਈ ਇਹਨਾਂ ਚੀਜ਼ਾਂ ਨੂੰ? ਕਿਉਂ ਰਿਮਾਂਡ ਦਿੱਤਾ, ਕਿਉਂ ਜੁਡੀਸ਼ੀਅਲ ਕਸਟਡੀ 'ਤੇ ਭੇਜਤਾ ਇੱਕ ਮੁੱਖ ਮੰਤਰੀ ਨੂੰ? ਛੱਡ ਵੀ ਸਕਦੇ ਸੀ ਕੋਰਟ, ਜ਼ਮਾਨਤ ਦੇ ਸਕਦੀ ਸੀ। ਉਹਦੇ ਵਿੱਚ ਕੋਰਟ ਦੀ ਵੀ ਨਾ, ਕੋਰਟ ਨੂੰ ਵੀ ਵਿਦਿਨ ਲਾਅ ਕਰਨਾ ਹੁੰਦਾ, ਕਿਉਂਕਿ PMLA ਐਕਟ ਇੱਕ ਐਸਾ ਐਕਟ ਹੈ ਜਿਹਦੇ ਵਿੱਚ ਜ਼ਮਾਨਤ ਬਹੁਤ ਹੀ ਮੁਸ਼ਕਿਲ ਹੈ, ਕਿਉਂਕਿ ਉਹਦੇ ਵਿੱਚ ਪ੍ਰੋਵੀਜ਼ਨਸ ਇਹਨਾਂ ਨੇ ਇੱਦਾਂ ਅਮੈਂਡਮੈਂਟ ਕਰਤੀਆਂ, ਔਰ ਇਸੇ ਲਈ ਇਹਨਾਂ ਨੇ ਕੀਤੀਆਂ ਵੀ, ਜੋ ਮੈਨੂੰ ਹੁਣ ਲੱਗਦਾ ਕਿ ਜਦੋਂ ਇਹਨਾਂ ਨੇ ਅਮੈਂਡਮੈਂਟ ਕੀਤੀ ਹੈ, ਇਹਨਾਂ ਦਾ ਮਕਸਦ 2024 ਦੇ ਇਲੈਕਸ਼ਨ ਦੇ ਵਿੱਚ ਵਿਰੋਧੀ ਨੇਤਾਵਾਂ ਨੂੰ ਪਰੇਸ਼ਾਨ ਕਰਨਾ ਹੀ ਸੀ, ਤਾਂ ਇਹਨਾਂ ਨੇ ਅਮੈਂਡਮੈਂਟ ਕੀਤੀਆਂ। ਔਰ ਉਸ ਜਿਹੜੀ ਕੋਰਟ ਵੀ ਹੈ,
ਉਹਦੇ ਵਿੱਚ PMLA ਐਕਟ ਦੇ ਵਿੱਚ ਤੁਸੀਂ ਸਾਬਿਤ ਕਰੋਗੇ ਮੈਂ ਬੇਗੁਨਾਹ ਹਾਂ, ਇਹ ਕ੍ਰਿਮੀਨਲ ਜੂਰਿਸਪੂਡੈਂਸ ਦੇ ਹੀ ਖਿਲਾਫ ਹੈ। ਪਰੰਤੂ ਇੱਕ ਚੀਜ਼ ਸਪਸ਼ਟ ਹੈ ਕਿ ਆਹ ਜਿਹੜਾ ਇਹਨਾਂ ਨੇ ਇੱਕ ਸ਼ੋਸ਼ਾ ਬਣਾਇਆ ਨਾ ਐਕਸਾਈਜ਼ ਸਕੈਮ ਦੇ ਨਾਂ ਤੇ, ਇਹ ਫੇਲ ਹੋਣਾ ਹੈ। ਔਰ ਲੋਕ ਯਾਦ ਰੱਖਣਗੇ ਇਸ ਚੀਜ਼ ਨੂੰ ਕਿ ਕਿੱਦਾਂ ਅੰਦਰੂਨੀ ਤੌਰ ਤੇ ਇੰਟਰਨਲ ਐਮਰਜੈਂਸੀ ਲਗਾ ਕੇ ਇੱਕ ਚੁਣਾਵ ਨੂੰ ਪ੍ਰਭਾਵਿਤ ਕੀਤਾ। ਤੁਸੀਂ ਇੱਕ ਚੀਜ਼ ਦੇਖੋ ਕਿ ਇੱਕ 14 ਲੱਖ ਦੇ ਇਨਕਮ ਟੈਕਸ ਤੇ, ਬਾਕੀ ਤਾਂ ਖੰਡਿਆਲ ਸਾਹਿਬ ਆਪਣੀ ਪਾਰਟੀ ਦਾ ਦੱਸ ਦੇਣਗੇ, ਇੱਕ 14 ਲੱਖ ਦੇ ਨੋਟਿਸ ਨੂੰ ਕਿੰਨੇ ਕਰੋੜ ਤੇ ਲੈ ਗਏ, ਤੇ ਦੂਜੇ ਪਾਸੇ 10,000 ਕਰੋੜ ਤੋਂ ਉੱਪਰ ਇਲੈਕਟ੍ਰਲ ਬੋਂਡ ਦੇ ਸਕੈਮ ਦੇ ਵਿੱਚ ਬੀਜੇਪੀ ਨੂੰ ਮਿਲਦਾ ਹੈ। ਕਿੱਥੇ ਆ ਈਡੀ? ਕਿੱਥੇ ਅਬਦੁਲ ਕਲਾਮ ਸੰਧਾਵਾਲੀਆ ਬੈਠੇ ਨੇ, ਉਹਨਾਂ ਦਾ ਰਿਐਕਸ਼ਨ ਲੈਣੇ ਆ। ਮੈਡਮ, ਕਿਸ ਤਰੀਕੇ ਨਾਲ ਦੇਖਦੇ ਹੋ ਇਹਨਾਂ ਇਲਜ਼ਾਮਾਂ ਨੂੰ? ਲਗਾਤਾਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਬੀਜੇਪੀ ਦੀ ਇਹ ਕੋਸ਼ਿਸ਼ ਹੈ ਕਿ ਦਿੱਲੀ ਦੀ ਸਰਕਾਰ ਡੇਗ ਦਿੱਤੀ ਜਾਵੇ। ਅੱਜ MLAs ਨੇ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਸਾਨੂੰ ਧਮਕੀਆਂ ਆ ਰਹੀਆਂ ਨੇ ਕਿ ਰਾਸ਼ਟਰਪਤੀ ਰਾਜ ਲੱਗ ਜਾਏਗਾ, ਨਹੀਂ ਤਾਂ ਤੁਸੀਂ MLA ਲੈ ਕੇ ਆ ਜਾਓ, ਤੁਹਾਨੂੰ 25-25 ਕਰੋੜ ਦੀ ਆਫਰ ਦੇ ਰਹੇ ਹਾਂ। ਜੈਸਮੀਨ ਜੀ, ਤੁਸੀਂ ਆਪਣਾ ਸਵਾਲ ਪਲੀਜ਼ ਫਿਰ ਤੋਂ ਰਿਪੀਟ ਕਰੋਗੇ? ਤੁਹਾਡੀ ਆਵਾਜ਼ ਜਿਹੜੀ ਸੀ ਉਹ ਕਲੀਅਰ ਨਹੀਂ ਸੀ ਜੀ। ਮੈਡਮ, ਮੇਰਾ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਜੋ ਇਲਜ਼ਾਮ ਲਾ ਰਹੀ ਹੈ ਦਿੱਲੀ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਖੜੇ ਹੋ ਕੇ MLAs ਨੇ ਕਿਹਾ ਕਿ ਬੀਜੇਪੀ ਸਾਨੂੰ ਇੱਕ ਤੇ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ, ਲਾਲਚ ਦੇ ਰਹੀ ਹੈ, ਪਲੱਸ ਨਾਲ ਧਮਕੀ ਵੀ ਹੈ ਕਿ ਰਾਸ਼ਟਰਪਤੀ ਰਾਜ ਲੱਗ ਜਾਏਗਾ। ਦੇਖੋ ਜੀ, ਇਹ ਸਰਾਸਰ ਇੱਕ ਝੂਠਾ ਇਲਜ਼ਾਮ ਹੈ, ਜਦੋਂ ਕਿ ਸਭ ਨੂੰ ਪਤਾ ਹੈ ਔਰ ਸਾਰਿਆਂ ਦੇ ਸਾਹਮਣੇ ਇਹ ਗੱਲ ਹਾਜ਼ਰ ਹੈ ਕਿ ਰਿਪੀਟਡਲੀ ਕੇਜਰੀਵਾਲ ਸਾਹਿਬ ਨੂੰ ED ਦੇ ਸਮਨਸ ਜਿਹੜੇ ਸਨ ਉਹ ਜਾਰੀ ਕੀਤੇ ਗਏ ਔਰ ਬਕਾਇਦਾ ਤੌਰ 'ਤੇ ਇੱਕ ਪ੍ਰੋਸੀਜਰ ਫੋਲੋ ਕੀਤਾ ਗਿਆ। ਹਰ ਵਾਰੀ ਹੀ ਜਾਂ ਤਾਂ ਉਹ ਪੰਜਾਬ 'ਚ ਆ ਜਾਂਦੇ ਸਨ, ਉਪਾਸਨਾ ਕੇਂਦਰ ਚਲੇ ਜਾਂਦੇ ਸਨ, ਜਾਂ ਕੋਈ ਉਹ ਬਹਾਨਾ ਲਾ ਦਿੰਦੇ ਸਨ। ਉਹਨਾਂ ਨੇ ਹਰ ਵਾਰੀ ਹੀ ED ਦੇ ਸਮਨਸ ਨੂੰ ਇਗਨੋਰ ਕੀਤਾ। ਅਖੀਰ ਦੇ ਵਿੱਚ ED ਜਿਹੜੀ ਸੀ ਉਹਨਾਂ ਦੇ ਘਰ ਉਹਨਾਂ ਨੇ ਛਾਪਾ ਮਾਰਿਆ ਔਰ 2 ਘੰਟੇ ਦੀ ਇੰਟੈਰੋਗੇਸ਼ਨ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਗਈ। ਉਹ ਬਕਾਇਦਾ ਤੌਰ 'ਤੇ ਕੋਰਟ 'ਚ ਗਏ, ਕੋਰਟ ਨੇ ਉਹਨਾਂ ਨੂੰ ਰਿਲੀਫ ਨਹੀਂ ਦਿੱਤਾ। ਬਾਕੀ ਜਦੋਂ ਆਪ ਕਹਿੰਦੀ ਹੈ ਕਿ ਅਸੀਂ BJP ਵਾਲੇ ਉਹਨਾਂ ਦੇ MLAs ਨੂੰ ਕੋਈ ਖਰੀਦਣਾ ਚਾਹੁੰਦੇ ਹਾਂ ਜਾਂ ਅਸੀਂ ਉਹਨਾਂ ਨੂੰ ਕੋਈ ਦਬਾਅ ਪਾ ਰਹੇ ਹਾਂ, ਤਾਂ ਇਹ ਗੱਲ ਬਿਲਕੁਲ ਪੋਲੀਟੀਕਲੀ ਮੋਟੀਵੇਟਡ ਲੱਗਦੀ ਹੈ ਕਿਉਂਕਿ ਆਪ ਖੁਦ ਘਬਰਾ ਚੁੱਕੀ ਹੈ ਇਸ ਵੇਲੇ। ਦੇਖੋ, ਜਦੋਂ ਕੋਈ ਵੀ ਪੋਲੀਟੀਕਲ ਪਾਰਟੀ ਜਦੋਂ ਸੈਬਟਾਜ ਹੁੰਦੀ ਹੈ, ਸਿੰਕ ਕਰਦੀ ਹੈ, ਤਾਂ ਉਹ ਇਹੀ ਹੁੰਦਾ ਹੈ। ਤੁਸੀਂ ਦੇਖੋ ਕਿ ਅਸੀਂ ਕਿਸੇ ਦੀ ਬਾਂਹ ਮਰੋੜ ਕੇ ਤਾਂ ਨਹੀਂ ਕਿਸੇ ਨੂੰ ਲੈ ਕੇ ਆ ਰਹੇ। MLA ਜਿਹੜੇ MLA ਸਾਹਿਬ ਜਿਹੜੇ ਜਲੰਧਰ ਤੋਂ ਸਾਡੀ ਪਾਰਟੀ ਨੂੰ ਉਹਨਾਂ ਨੇ ਜੁਆਇਨ ਕੀਤਾ ਹੈ, ਉਹਨਾਂ ਨੇ ਖੁਦ ਕਿਹਾ ਕਿ 11 MLAs ਨੂੰ ਇੱਕ ਕੋਠੀ ਵਿੱਚ ਬਿਠਾਇਆ ਗਿਆ ਔਰ ਕਿਹਾ ਗਿਆ ਆਪ ਦੇ ਚੀਫ ਮਿਨਿਸਟਰ ਔਰ ਦੂਜਿਆਂ ਨੇ ਕਿ ਤੁਸੀਂ DGP ਨੂੰ ਜਾ ਕੇ ਸਟੇਟਮੈਂਟ ਦਿਓਗੇ ਕਿ BJP ਤੁਹਾਨੂੰ ਖਰੀਦਣਾ ਚਾਹੁੰਦੀ ਹੈ। ਸੋ ਇਹ ਖੁਦ ਹੀ ਇਹੋ ਜਿਹੀਆਂ ਗੱਲਾਂ ਔਰ ਨਫੇਰੀਅਸ ਐਕਟੀਵਿਟੀਜ਼ ਦੇ ਵਿੱਚ ਇੰਡਲਜ ਕਰਦੇ ਨੇ ਔਰ ਮੇਰਾ ਖਿਆਲ ਇਹ ਬੁਖਲਾ ਗਏ ਨੇ ਔਰ ਇਸ ਕਰਕੇ ਇਹੋ ਜਿਹੀਆਂ ਝੂਠੀਆਂ ਐਲੀਗੇਸ਼ਨਸ ਲਾ ਰਹੇ ਨੇ। ਠੀਕ ਹੈ ਖੜਿਆਲ ਸਾਹਿਬ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ, ਕਿਉਂਕਿ ਅੱਜ ਬਹੁਤ ਇਲਜ਼ਾਮ ਤਰਾਸ਼ੀਆਂ ਵੀ ਹੋਈਆਂ ਨੇ, ਵਾਰ ਪਲਟਵਾਰ ਵੀ ਹੋਏ ਨੇ। ਸਿੱਧਾ ਸਿੱਧਾ ਇਹ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਨੂੰ ਇੱਕ ਮੋਹਰਾ ਬਣਾਇਆ ਗਿਆ, ਉਹਨਾਂ ਨੂੰ ਇਲੈਕਸ਼ਨ ਤੋਂ ਰੋਕਣ ਦੇ ਲਈ ਇਹ ਸਾਰਾ ਤਾਣਾ ਬਾਣਾ, ਇਹ ਸਾਰਾ ਜਾਲ ਬੁਣਿਆ ਗਿਆ ਔਰ ਉਹ ਸਾਜਿਸ਼ ਦਾ ਸ਼ਿਕਾਰ ਹੋਇਆ। ਕੀ ਕਾਂਗਰਸ ਇਹ ਮੰਨਦੀ ਹੈ? ਦੇਖੋ, ਗੱਲ ਇਹ ਹੈ ਬਰਾੜ ਸਾਹਿਬ, ਅਸੀਂ ਫੈਕਟ ਦੇ ਹਿਸਾਬ ਨਾਲ ਚੱਲਦੇ ਹਾਂ, ਪੈਟਰਨਸ ਬੜੇ ਕਲੀਅਰਲੀ ਇੱਕ ਚੀਜ਼ ਸੁਜੈਸਟ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਇੰਡੀਆ ਅਲਾਇੰਸ ਨੂੰ ਵਾਰ ਵਾਰ ਟਾਰਗੇਟ ਕਰ ਰਹੀ ਹੈ।
ਉਹਦਾ ਉਦਾਹਰਣ ਉਦੋਂ ਵੀ ਦੇਖਿਆ ਸੀਗਾ ਜਦੋਂ 150 MP ਸਸਪੈਂਡ ਕੀਤੇ ਤੇ ਉਹਨਾਂ ਚੋਂ ਦੋ ਤਿਹਾਈ ਇੰਡੀਆ ਅਲਾਇੰਸ ਦੇ MP ਸੀਗੇ, 50% ਰਾਜ ਸਭਾ ਤੇ 30% ਲੋਕ ਸਭਾ ਚ, ਪਹਿਲਾ ਉਦਾਹਰਣ। ਦੂਜਾ ਉਦਾਹਰਣ, ਸਾਡੇ ਇੰਡੀਆ ਅਲਾਇੰਸ ਦੇ ਲੀਡਰ ਹੇਮੰਤ ਸੋਰੇਨ ਝਾਰਖੰਡ ਦੇ ਮੁੱਖ ਮੰਤਰੀ ਸੀਗੇ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਉਹਨਾਂ ਦਾ ਮਸਲਾ ਪੁਰਾਣਾ ਹੈ, ਲੇਕਿਨ ਐਕਸ਼ਨ ਹੋਇਆ ਜਸਟ ਬਿਫੋਰ ਲੋਕ ਸਭਾ ਇਲੈਕਸ਼ਨ। ਕੇਜਰੀਵਾਲ ਸਾਹਿਬ ਇੰਡੀਆ ਅਲਾਇੰਸ ਦੇ ਲੀਡਰ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਉਹਨਾਂ ਦਾ ਮਸਲਾ ਹੈਗਾ 2021 ਦਾ, ਅਰੈਸਟ ਹੁੰਦਾ 2024 ਦੇ ਵਿੱਚ, 3 ਸਾਲ ਦਾ ਡਿਲੇ। ਸਾਡਾ ਫਿਰ ਕਾਂਗਰਸ ਪਾਰਟੀ ਦੇ ਖਾਤੇ ਫਰੀਜ਼ ਕਰ ਦਿੱਤੇ ਗਏ। ਸਾਡਾ ਮਸਲਾ ਹੈਗਾ 17-18 ਦਾ, ਲੇਕਿਨ 5-6 ਸਾਲਾਂ ਬਾਅਦ ਸਾਡੇ ਖਿਲਾਫ ਐਕਸ਼ਨ ਹੁੰਦਾ। ਅਤੇ ਹੈਰਾਨ ਕਰਨ ਵਾਲੀ ਗੱਲ ਦੇਖੋ, ਜਿਹੜਾ ਕੁਛ ਦਿਨ ਪਹਿਲਾਂ ਨੋਟਿਸ ਆਇਆ ਸੀਗਾ ਉਹ 94-95 ਦਾ ਦੇ ਮੁਤਲਕ ਸੀਗਾ, ਅਤੇ 30 ਸਾਲ ਦਾ ਡਿਲੇ। ਬਰਾੜ ਸਾਹਿਬ, ਮੈਂ ਪੁੱਛੂੰਗਾ BJP ਨੂੰ ਅਤੇ IT ਨੂੰ ਵੀ ਤੁਸੀਂ 30 ਸਾਲਾਂ ਲਈ ਕਿੱਥੇ ਸੀਗੇ? ਇਹ ਸਾਰਾ ਹੁਣ ਜਿਹੜੇ 4-5 ਤੁਹਾਨੂੰ ਮੈਂ ਐਗਜ਼ਾਮਪਲ ਦਿੱਤੇ ਹੈ, ਫਿਰ ਫਾਰਮਰ ਚੀਫ ਮਿਨਿਸਟਰਸ ਦੀਆਂ ਬੇਟੀਆਂ ਨੂੰ ਟਾਰਗੇਟ ਕਰਨਾ, ਦੇਸ਼ ਦੀ ਓਪੋਜੀਸ਼ਨ ਪਾਰਟੀਜ਼ ਨੂੰ ਟਾਰਗੇਟ ਕਰਨਾ ਜਿਹੜੀਆਂ BJP ਦੇ ਨਾਲ ਨਹੀਂ ਹੈਗੀਆਂ, ਇਹ BJP ਦਾ ਸਿਸਟਮ ਬਣ ਚੁੱਕਿਆ। 95% ਕੇਸ ਜੋ ED CBI ਰਜਿਸਟਰ ਕਰਦੀ ਓਪੋਜੀਸ਼ਨ ਪਾਰਟੀਜ਼ ਦੇ ਖਿਲਾਫ ਹੁੰਦੇ ਹੈ, ਅਤੇ ਆਪਾਂ ਸਭ ਨੇ ਦੇਖਿਆ ਕਿ ਕਨਵਿਕਸ਼ਨ ਰੇਟ ਕਿਵੇਂ ਡਿੱਗਿਆ ਅਤੇ ਕਿਹੜੀ ਸਰਫੈਕਸਲ BJP ਨੇ ਵਰਤੀ, ਸੁਵੇਂਦੂ ਅਧਿਕਾਰੀ, ਮੁਕੁਲ ਰਾਏ, ਨਰਾਇਣ ਰਾਣੇ ਅਤੇ ਮੰਤਾ ਬਿਸਵਾ ਸ਼ਰਮਾ ਦੇ ਕੇਸ। ਲੇਕਿਨ ਮੁੱਦਾ ਕੀ ਹੈ ਬਰਾੜ ਸਾਹਿਬ? ਮੁੱਦਾ ਹੈਗਾ ਵੀ ਕੇਜਰੀਵਾਲ ਸਾਹਿਬ ਅੱਜ ਜੇਲ੍ਹ ਦੇ ਵਿੱਚ ਨੇ। ਆਮ ਆਦਮੀ ਪਾਰਟੀ ਦਾ ਇੱਕ ਸਿਸਟਮ ਸੀਗਾ, ਇਹ ਕਹਿੰਦੇ ਸੀਗੇ ਵੀ ਜੇ ਕੋਈ ਕੇਸ ਹੋ ਗਿਆ, ਜੋ ਆਮ ਆਦਮੀ ਪਾਰਟੀ ਤੋਂ ਮੈਂ ਜਾਣਨਾ ਵੀ ਚਾਹੂੰਗਾ, ਅਤੇ ਉਹਨੂੰ ਫੋਰ ਦਾ ਟਾਈਮ ਬੀਇੰਗ ਰਿਜ਼ਾਈਨ ਕਰ ਦੇਣਾ ਚਾਹੀਦਾ। ਆਪਾਂ ਸਿਸੋਦੀਆ ਸਾਹਿਬ ਦੇ ਕੇਸ ਦੇਖਿਆ, ਜੈਨ ਸਾਹਿਬ ਦੇ ਕੇਸ ਵੀ ਦੇਖਿਆ ਸੀ, ਬਸ ਸਾਹਿਬ ਨਹੀਂ ਦੇਖਿਆ ਸੀਗਾ, ਅਤੇ ਇਹ ਚੀਜ਼ ਤੁਸੀਂ ਫੋਲੋ ਕੀਤੀ ਹੈ, ਸੋ ਵਾਈ ਐਨ ਐਕਸੈਪਸ਼ਨ ਦਿਸ ਟਾਈਮ? ਵੀ ਵਾਂਟ ਟੂ ਨੋ ਦੈਟ। ਦੂਜੀ ਗੱਲ, ਕਾਂਗਰਸ ਪਾਰਟੀ ਦਾ ਸਟੈਂਡ ਕੀ ਹੈ ਬਰਾੜ ਸਾਹਿਬ? ਸਾਡਾ ਸਟੈਂਡ ਹੈ ਕਿ ਲੋਕਾਂ ਦਾ ਕੰਮ ਨਹੀਂ ਸਫਰ ਹੋਣਾ ਚਾਹੀਦਾ। ਇੱਕ ਪਾਸੇ ਹੈਗੀ ਹੈ ਸਰਕਾਰ ਜਿਹੜੀ ਫੁੱਲ ਫਲੈਜਡ ਆਪਰੇਟ ਕਰ ਰਹੀ ਹੈ 100% ਐਫੀਸ਼ੀਐਂਸੀ ਨਾਲ। ਜੇ ਤੁਸੀਂ ਜੇਲ੍ਹ ਚਲੇ ਜਾਂਦੇ ਹੋ ਕਿ ਜੇਲ੍ਹ ਚੋਂ 100% ਐਫੀਸ਼ੀਐਂਸੀ ਦੇ ਨਾਲ ਤੁਸੀਂ ਕੰਮ ਕਰ ਸਕਦੇ ਹੋ, ਪਰਫਾਰਮ ਕਰ ਸਕਦੇ ਹੋ, ਲੋਕਾਂ ਦੇ ਕੰਮ ਹੋ ਸਕਦੇ ਹੈ। ਸਵਾਲ ਅੱਜ ਦੀ ਡਿਬੇਟ ਦਾ ਇਹ ਹੈ ਕਿ ਜੇਲ੍ਹ ਚੋਂ ਚੱਲੇਗੀ ਸਰਕਾਰ। ਮੈਂ ਇਹ ਜਾਣਨਾ ਚਾਹੁੰਦਾ ਹਾਂ ਆਮ ਆਦਮੀ ਪਾਰਟੀ ਤੋਂ ਵੀ ਕਿਹੜੇ ਹਿਸਾਬ ਨਾਲ ਮੀਟਿੰਗਸ ਹੋਣਗੀਆਂ, ਕਿਉਂਕਿ ਸਰਕਾਰ ਚਲਾਉਣ ਲਈ ਕੀ ਹੁੰਦਾ ਬਰਾੜ ਸਾਹਿਬ? ਇੱਕ ਤਾਂ ਮੰਤਰੀਆਂ ਨਾਲ ਮੀਟਿੰਗਸ ਹੁੰਦੀਆਂ, ਕੈਬਨਿਟ ਮੀਟਿੰਗ ਹੁੰਦੀ ਹੈ, ਸਾਰਾ ਕੰਸਲਟ ਸਾਰਾ ਕੁਝ ਹੁੰਦਾ ਹੈ, ਠੀਕ ਹੈ। ਫਿਰ ਤੁਹਾਡਾ ਸਟਾਫ ਹੁੰਦਾ, ਉਹ ਜੋ ਦੇਖਦਾ ਸਮਝਦਾ, ਤੁਹਾਡੇ ਨਾਲ ਗੱਲਬਾਤ ਕਰਕੇ ਪਲਾਨ ਆਫ ਐਕਸ਼ਨ ਤਿਆਰ ਹੁੰਦਾ, ਫਿਰ ਤੁਸੀਂ ਉਹਦੇ ਬਾਅਦ ਕੰਮ ਕਰਦੇ ਹੋ। ਕੀ ਇਹ ਸਟਾਫ, ਉਹ IAS ਆਫੀਸਰਸ, ਉਹ ਆਪਣਾ ਸੈਕਟਰੀਜ਼, ਉਹ ਕੈਬਨਿਟ ਮਿਨਿਸਟਰਸ, ਉਹ ਮੀਟਿੰਗਸ, ਉਹ ਇੰਟਰਨੈਟ ਫੈਸਿਲਿਟੀ, ਉਹ ਸਾਰਾ ਕੁਝ ਪੋਸੀਬਲ ਹੈ? ਤੇ ਜੇ ਨਹੀਂ ਹੈਗਾ ਤਾਂ ਕੀ ਤੁਸੀਂ 100% ਐਫੀਸ਼ੀਐਂਸੀ ਨਾਲ ਪਰਫਾਰਮ ਕਰ ਸਕਦੇ ਹੋ? ਗੱਲ ਕੀ ਹੈ, ਤਿਹਾੜ ਜੇਲ੍ਹ ਦੇ ਵਿੱਚ ਬਰਾੜ ਸਾਹਿਬ ਜੇ ਮਿਲਣਾ, ਇਫ ਆਮ ਨੋਟ ਰੋਂਗ, 9:30 ਤੋਂ 12:30 ਦੇ ਵਿੱਚ ਮਿਲ ਸਕਦੇ ਹੋ ਤੁਸੀਂ, ਠੀਕ ਹੈ। ਉਹ ਵੀ ਵਿਦ ਲਿਮਿਟੇਸ਼ਨ ਹੈ, ਰੋਜ਼ ਰੋਜ਼ ਤਾਂ ਤੁਸੀਂ ਉਹ ਵੀ ਨਹੀਂ ਕਰ ਸਕਦੇ, ਔਰ ਹਰ ਬੰਦਾ ਨਹੀਂ ਮਿਲ ਸਕਦਾ। ਐਗਜੈਕਟਲੀ। ਸੋ ਕੀ ਇੱਕ CM ਦੀ ਜੋਬ ਇਜ਼ ਅ 24x7 ਜੋਬ? ਸਰਕਾਰ 24x7 ਕੰਮ ਕਰਦੀ ਹੈ, ਬੰਦਿਆਂ ਨੂੰ ਰਾਤ ਨੂੰ ਵੀ ਦਿੱਕਤ ਹੁੰਦੀ ਹੈ, ਸਵੇਰੇ 4 ਵਜੇ ਵੀ ਹੁੰਦੀ ਹੈ, ਰਾਤ ਨੂੰ ਆਪਣਾ 8 ਵਜੇ ਵੀ ਹੋ ਸਕਦੀ ਹੈ। ਸੋ ਕੀ 3 ਘੰਟਿਆਂ ਦੇ ਵਿੱਚ ਤੁਸੀਂ ਉਨੀ ਪਰਫਾਰਮੈਂਸ ਕਰ ਸਕਦੇ ਹੋ ਉਨੀ ਐਫੀਸ਼ੀਐਂਸੀ ਦੇ ਨਾਲ? ਸਵਾਲ ਇਹ ਹੈ, ਤੇ ਮੈਂ ਪੁੱਛੂੰਗਾ ਆਮ ਆਦਮੀ ਪਾਰਟੀ ਨੂੰ ਕਿ ਜੇ ਤੁਸੀਂ ਕਹਿੰਦੇ ਹੋ ਜੇਲ੍ਹ 'ਚੋਂ ਸਰਕਾਰ ਚਲਾਉਣਾ ਠੀਕ ਹੈ, ਤਾਂ ਕਿ ਜੇਲ੍ਹ 'ਚੋਂ ਇੰਟਰਵਿਊ ਹੋਣਾ ਵੀ ਠੀਕ ਹੈ ਜਾਂ ਉਹ ਗਲਤ ਹੈ? ਫਿਰ ਮੈਂ ਆਮ ਆਦਮੀ ਪਾਰਟੀ ਸਰਕਾਰ ਨੂੰ ਪੁੱਛੂੰਗਾ ਕਿ ਜਿਹੜਾ ਲੋਕਾਂ ਦਾ ਕੰਮ ਹੈ, ਹੁਣ ਜਿਵੇਂ ਕੇਜਰੀਵਾਲ ਸਾਹਿਬ ਅੰਦਰ ਬੈਠੇ ਹੈ, ਦੇਖੋ ਤੁਸੀਂ ਕੋਈ ਆਰਡਰ ਆਊਗਾ, ਜੇ ਫਾਈਲ ਕੋਈ ਸਾਈਨ ਹੁੰਦੀ ਹੈ ਤਾਂ ਕੀ ਵੁੱਡ ਇਟ ਨਾਟ ਬੀ ਸਬਜੈਕਟ ਟੂ ਅਪਰੂਵਲ ਬਾਈ ਦੀ ਕੋਰਟ? ਪਹਿਲਾ। ਦੂਜਾ ਇਹ ਹੈ ਕਿ ਲੋਕਾਂ ਦੀ ਜੇ ਕੋਈ ਗ੍ਰੀਵੈਂਸ ਹੈ, ਜੇ ਕੋਈ ਇਸ਼ੂ ਹੈ, ਕੋਈ ਕਿਸੇ ਦੀ ਮੁਸ਼ਕਿਲ ਹੈ, ਕਿ ਆ ਕੇ ਕੇਜਰੀਵਾਲ ਸਾਹਿਬ ਨੂੰ ਮਿਲ ਸਕਦਾ, ਮੌਕੇ 'ਤੇ ਕੇਜਰੀਵਾਲ ਸਾਹਿਬ ਉਹਨੂੰ ਠੀਕ ਕਰ ਸਕਦੇ ਹੈ,
ਇਹ ਜਿਹੜੀਆਂ ਮੈਂ ਸਾਰੀਆਂ ਪੰਜ ਛੇ ਚੀਜ਼ਾਂ ਗਿਣਾਈਆਂ ਬਰਾੜ ਸਾਹਿਬ, ਜਿਹੜੀਆਂ ਚੀਜ਼ਾਂ ਲੋਜਿਸਟੀਕਲ ਇਸ਼ੂਜ਼ ਹੈ, ਥੋੜੇ ਲੀਗਲ ਹਰਡਲਸ ਹੈ, ਮੈਂ ਜਾਣਾ ਚਾਹੁੰਦਾ ਕਿ ਜੇ ਨਹੀਂ 100% ਐਫੀਸ਼ੀਐਂਸੀ ਇਨਸ਼ੋਰ ਹੋ ਸਕਦੀ ਜੇਲ੍ਹ 'ਚੋਂ ਬੈਠੇ ਬੈਠੇ, ਤਾਂ ਪ੍ਰੋਬਲਮ ਕੀ ਹੈ ਵੀ ਕੋਈ ਹੋਰ ਰਿਪਲੇਸਮੈਂਟ ਆ ਕੇ ਲੋਕਾਂ ਲਈ ਕੰਮ ਕਰ ਸਕੇ 100% ਐਫੀਸ਼ੀਐਂਸੀ ਦੇ ਨਾਲ, ਜੇ ਕੋਈ ਹੋਰ ਬਣਾਇਆ ਜਾ ਸਕਦਾ ਹੈ ਤੇ ਐਫੀਸ਼ੀਐਂਸੀ ਤੁਸੀਂ 100% ਰੱਖ ਸਕਦੇ ਹੋ ਕਿਉਂਕਿ ਉਹ ਬਾਹਰ ਹੋਊਗਾ, ਉਹਦੇ ਕੋਲ ਸਹੂਲਤਾਂ ਹੋਣਗੀਆਂ, ਉਹਦੇ ਕੋਲ ਸਟਾਫ ਹੋਊਗਾ, ਉਹਦੇ ਕੋਲ ਸਾਰਾ ਕੁਛ ਹੋਊਗਾ, ਤੇ ਇਜ਼ ਇਟ ਨਾਟ ਬੈਟਰ? ਮੇਰਾ ਸਵਾਲ ਆਮ ਆਦਮੀ ਪਾਰਟੀ ਸਰਕਾਰ ਨੂੰ ਹੈ, ਕਿਉਂਕਿ ਲੋਕ ਮੈਟਰ ਕਰਦੇ ਆ, ਲੋਕਾਂ ਦਾ ਕੰਮ ਮੈਟਰ ਕਰਦਾ ਹੈ, ਉਹ ਵੀ ਜੁੜ ਗਏ ਫਿਰ ਆਮ ਆਦਮੀ ਪਾਰਟੀ ਕੋਲ ਆ ਰਹੇ ਆ। ਧਾਰਨੀ ਸਾਹਿਬ, ਤੁਸੀਂ ਇਸ ਪੂਰੀ ਕਵਾਇਦ ਨੂੰ ਜੋ ਅੱਜ ਚੱਲੀ ਹੈ, ਦੋ ਮੰਤਰੀਆਂ ਦਾ ਨਾਮ ਆਇਆ, ਈਡੀ ਨੇ ਕਿਹਾ ਕਿ ਸਾਨੂੰ ਆਤਸ਼ੀ ਔਰ ਸੌਰਭ ਭਾਰਦਵਾਜ ਬਾਰੇ ਜਾਣਕਾਰੀ ਮਿਲੀ ਹੈ, ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਵਿਜੇ ਨਾਇਰ ਉਹਨਾਂ ਨੂੰ ਰਿਪੋਰਟ ਕਰਦਾ ਸੀ, ਕੀ ਅੱਗੇ ਵੀ ਇਹ ਕਵਾਇਦ ਈਡੀ ਦੀ ਇਸ ਤਰੀਕੇ ਨਾਲ ਜਾਰੀ ਰਹੂਗੀ? ਯਾਨੀ ਦੋ ਨਾਮ ਲੈਣ ਦਾ ਮਤਲਬ ਕੀ ਹੈ ਕਿ ਦੋ ਹੋਰ ਮੰਤਰੀਆਂ 'ਤੇ ਗਾਜ ਗਿਰੂਗੀ, ਔਰ ਕੀ ਸਰਕਾਰ ਫਿਰ ਜੇਲ੍ਹ ਦੇ ਅੰਦਰੋਂ ਇਸ ਤਰੀਕੇ ਨਾਲ ਚੱਲ ਸਕਦੀ ਹੈ? ਜਾਂ ਆਪਰੇਸ਼ਨ ਲੋਟਸ ਦਾ ਜਿਵੇਂ ਬੀਜੇਪੀ ਦਾ ਜ਼ਿਕਰ ਹੋ ਰਿਹਾ ਹੈ ਕਿ ਜਾਂ ਤਾਂ ਇੱਧਰ ਆ ਜਾਓ, ਰਲ ਜਾਓ, ਜੋ ਇਲਜ਼ਾਮ ਲਾਏ ਹੈ ਵਿਧਾਇਕਾਂ ਨੇ ਵਿਧਾਨ ਸਭਾ ਦੇ ਅੰਦਰ ਕਿ ਸਾਨੂੰ ਇਹ ਕਿਹਾ ਗਿਆ ਵੀ ਜਾਂ ਤਾਂ ਰਲ ਜਾਓ ਨਹੀਂ ਤਾਂ ਰਾਸ਼ਟਰਪਤੀ ਰਾਜ ਵੀ ਲੱਗ ਸਕਦਾ ਹੈ। ਧਾਰਨੀ ਸਾਹਿਬ, ਸ਼ਾਇਦ ਤੁਹਾਡਾ ਮਾਈਕ ਮਿਊਟ ਹੈ, ਤੁਸੀਂ ਅਨਮਿਊਟ ਕਰੋ, ਸ਼ਾਇਦ ਮਾਈਕ ਮਿਊਟ ਹੈ। 5 ਸਾਲਾਂ ਤੋਂ ਹੈਗਾ ਐਸਸੀਡੀ ਦਾ ਜੀ, ਆ ਰਹੀ ਹੈ ਜੀ? ਹਾਂਜੀ ਹਾਂਜੀ ਹਾਂਜੀ। ਹਾਂ ਵਿਜੇਪਾਲ ਜੀ, ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਜੀ, ਇਹ ਪਹਿਲੇ ਹੀ ਇੱਕ ਰੌਲਾ ਪਾ ਦਿੰਦੇ ਆ ਜਾਣ ਬੁੱਝ ਕੇ। ਜਦੋਂ ਇਹਨਾਂ ਦੀ ਪਹਿਲਾ ਜਿਹੜਾ ਹੈਗਾ ਨਾ ਪੰਜਾਬ ਦਾ ਸੈਸ਼ਨ ਸਟਾਰਟ ਹੋਇਆ ਸੀ, ਇਹਨਾਂ ਨੇ ਪਹਿਲੇ ਹੀ ਕਹਿਤਾ ਸੀ ਕਿ ਆਪਰੇਸ਼ਨ ਲੋਟਸ ਹੋ ਗਿਆ ਜੀ, 25-25 ਕਰੋੜ ਰੁਪਈਏ ਦੀਆਂ ਗੱਲਾਂ ਹੋ ਗਈਆਂ, ਔਰ ਉਸ ਦੇ ਉੱਤੇ ਹੀ ਮੀਡੀਆ ਦਾ ਜਿਹੜਾ ਸਾਰਾ ਚਰਚਾ ਹੋ ਗਿਆ ਸੀ। ਦੇਖੋ ਜਿੱਥੋਂ ਤੱਕ ਅਸੀਂ ਦੇਖਿਆ ਜਾਂਦਾ ਹੈ ਕਿ ਦੇਖੋ ਇਹ ਮੇਰੇ ਦੋਵੇਂ ਭਰਾ ਤਾਂ ਐਡਵੋਕੇਟਸ ਹੈਗੇ ਆ, ਮੈਡਮ ਜੈਸਮੀਨ ਬਾਰੇ ਮੈਨੂੰ ਪਤਾ ਨਹੀਂ ਵੀ ਉਹ ਕੀ ਕਰਦੇ ਹੈਗੇ ਆ। ਦੇਖੋ ਲਾ ਮਤਲਬ ਜਿਹੜਾ ਹੈਗਾ ਸਭ ਲਈ ਬਰਾਬਰ ਹੈਗਾ, ਔਰ ਲਾ ਦੀ ਇਹਨਾਂ ਨੇ ਮੌਕਰੀ ਬਣਾਈ ਪਈ ਹੈਗੀ ਆ। ਮੈਂ ਪੁੱਛਦਾ ਕਿ ਇੱਕ ਉਹ ਬੰਦਾ ਜਿਹੜਾ, ਦੇਖੋ ਕੁਛ ਬੰਦੇ ਤਾਂ ਹੈਗੇ ਆ ਨਸ਼ੇੜੀ, ਕਈ ਹੈਗੇ ਨਸ਼ੇ ਦਾ ਵਪਾਰ ਕਰਨ ਵਾਲੇ, ਜਿਹੜੇ ਵਪਾਰ ਕਰਨ ਵਾਲੇ ਆ, ਕਿ ਉਹਨਾਂ ਲਈ ਲਾ ਹੋਰ ਹੈ ਜਾਂ ਨਸ਼ੇੜੀਆਂ ਲਈ ਜਿਹੜਾ ਹੋਰ ਹੈਗਾ, ਇਹ ਸਾਰਾ ਕੁਛ ਦੱਸਣਾ ਚਾਹੀਦਾ। ਅੱਜ ਕੇਜਰੀਵਾਲ ਸਾਹਿਬ ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜਦੋਂ ਤੱਕ ਕਿਸੇ ਬੰਦੇ ਨੂੰ ਸਜ਼ਾ ਨਹੀਂ ਹੁੰਦੀ ਉਦੋਂ ਤੱਕ ਉਹ ਜਿਹੜਾ ਹੈਗਾ ਉਹਨੂੰ ਤੁਸੀਂ ਦੋਸ਼ੀ ਨਹੀਂ ਮੰਨ ਸਕਦੇ, ਜਦੋਂ ਤੱਕ ਚਾਰਜ ਫਰੇਮ ਨਹੀਂ ਹੁੰਦਾ। ਪਰ ਨਾਲ ਦੀ ਨਾਲ ਇਹ ਹੈਗਾ ਕਿ ਜਦੋਂ ਤੱਕ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ, ਉਸ ਦੀ ਇਨਵੈਸਟੀਗੇਸ਼ਨ ਪੂਰੀ ਹੋਣ ਤੱਕ ਉਹ ਜਿਹੜਾ ਹੈਗਾ ਕਿਸੇ ਤਰ੍ਹਾਂ ਗਵਾਹਾਂ ਨੂੰ ਨਾ ਖਰੀਦ ਸਕੇ, ਕਿਸੇ ਦੇ ਨਾਲ ਆਪਣੀ ਜਿਹੜਾ ਹੈਗਾ ਇਨਫਲੂਐਂਸ ਨਾ ਵਰਤ ਸਕੇ। ਤੁਸੀਂ ਦੱਸੋ ਕਿ ਜੇ ਸੈਕਟਰੀ ਲੈਵਲ ਦੇ ਤੇ ਹੋਰ ਬੰਦੇ ਜਿਹੜੇ ਹੈਗੇ ਆ ਵਿੱਚ ਜਾ ਕੇ ਮਿਲਣਗੇ, ਇਟਸ ਏ ਮੌਕਰੀ ਆਫ ਲਾ। ਤੁਸੀਂ ਕੀ ਸਮਝਦੇ ਹੈਗੇ ਆ ਕਿ ਇਹਦਾ ਮਤਲਬ ਇੱਕ ਗਰੀਬ ਆਦਮੀ ਹੈਗਾ ਉਹਨੇ ਆਪਣੀ ਕੁੜੀ ਦਾ ਵਿਆਹ ਕਰਨਾ, ਉਹ ਵੀ ਵਿਆਹ ਦੇ ਵਿੱਚ ਉੱਥੇ ਬੈਠਾ ਦੱਸੀ ਜਾਊਗਾ ਵੀ ਅੱਜ ਫਲਾਣੇ ਗਹਿਣੇ ਲੈ ਲਓ, ਅੱਜ ਟਿਮਕੇ ਗਹਿਣੇ ਲੈ ਲਓ, ਇਹ ਨਹੀਂ ਹੈਗੀਆਂ ਗੱਲਾਂ। ਹੁਣ ਰਹਿ ਗਈ ਗੱਲ ਇਹਨਾਂ ਦੀ, ਦੇਖੋ ਅੱਜ ਬੜਾ ਵਧੀਆ ਵੈਸੇ ਆਪਣਾ ਖੜਿਆਲ ਸਾਹਿਬ ਬੋਲਦੇ ਰਹੇ ਹੈਗੇ ਆ, ਇਹਨਾਂ ਦੀ ਇੱਕ ਗੱਲ ਨਹੀਂ ਹੈਗੀ ਸਾਰੀ ਦੀ ਸਾਰੀ। ਕੱਲ ਖੜਗੇ ਸਾਹਿਬ ਦਾ ਬਿਆਨ ਕੁਛ ਹੋਰ ਸੀ, ਅੱਜ ਇਹਨਾਂ ਦਾ ਬਿਆਨ ਕੁਛ ਹੋਰ ਹੈਗਾ, ਇਹ ਪਤਾ ਨਹੀਂ ਹਾਲੇ ਤੱਕ ਲੱਗ ਰਿਹਾ ਵੀ ਇਹ ਰਲੇ ਪਏ ਆ ਜਾਂ ਬਿਨਾਂ ਰਲੇ ਪਏ ਹੈਗੇ ਆ। ਜਿੱਥੇ ਤੱਕ ਕੇਜਰੀਵਾਲ ਸਾਹਿਬ ਦਾ ਸਵਾਲ ਆਉਂਦਾ, ਉੱਥੇ ਤਾਂ ਇਹ ਗੱਲ ਵੀ ਕਰਦੇ ਹੈਗੇ ਆ, ਸਰਕਾਰ ਨੂੰ ਨਾ ਚੱਲਣ ਦੀਆਂ ਗੱਲਾਂ ਦਲੀਲਾਂ ਵੀ ਦੇ ਰਹੇ ਹੈਗੇ ਆ। ਦੂਏ ਪਾਸੇ ਜਿਹੜੇ ਪੰਜਾਬ ਦੇ ਵਿੱਚ, ਜਾਂ ਤਾਂ ਫਿਰ ਇਹ ਕਹਿਣ ਵੀ ਉਹ ਵੀ ਠੀਕ ਆ ਉਹ ਵੀ ਠੀਕ ਆ, ਪੰਜਾਬ ਦੇ ਵਿੱਚ ਜਿੰਨੇ ਕਾਂਗਰਸ ਦੇ ਲੀਡਰ ਫੜੇ ਪਏ ਆ ਕਹਿ ਦੇਣ ਵੀ ਸਾਧੂ ਸਿੰਘ ਹੋਣੀ ਵੀ ਜਾਇਜ਼ ਫੜੇ ਪਏ ਹੈਗੇ ਆ, ਉਹ ਵੀ ਆਪਣੇ ਉੱਥੇ ਬੈਠ ਕੇ ਜਿਹੜਾ ਹੈਗਾ ਆਪਣੇ ਕੰਮ ਕਰ ਸਕਣ। ਸੋ ਇਹ ਗੱਲਾਂ ਨਹੀਂ ਹੋਇਆ ਕਰਦੀਆਂ।
ਲਾਅ ਹੈ ਜਿਹੜਾ ਉਹ ਸਭ ਵਾਸਤੇ ਬਰਾਬਰ ਹੈਗਾ। ਹਰ ਬੰਦਾ ਜਿਹੜਾ ਵੀ ਇਸ ਦੇ ਵਿੱਚ ਆਉਂਦਾ ਹੈਗਾ, ਸਾਡੇ ਸਾਡਾ ਬੜਾ ਵਧੀਆ ਸਿਸਟਮ ਹੈਗਾ, ਅਸੀਂ ਕੰਸਟੀਟਿਊਸ਼ਨ ਚ ਪ੍ਰਵੇਲ ਕਰਦੇ ਹੈਗੇ ਆ ਔਰ ਕੰਸਟੀਟਿਊਸ਼ਨ ਦੇ ਮੁਤਾਬਕ ਜੋ ਸਾਡੇ ਰਾਈਟਸ ਐਂਡ ਡਿਊਟੀਜ਼ ਹੈਗੀ ਆ। ਯਾਨੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਵੀ ਸਰਕਾਰ ਜੇਲ੍ਹ ਤੋਂ ਨਹੀਂ ਚੱਲਣੀ ਚਾਹੀਦੀ, ਅਰਵਿੰਦ ਕੇਜਰੀਵਾਲ ਹੋਰਾਂ ਨੂੰ ਉਹਦਾ ਛੱਡ ਦੇਣਾ ਚਾਹੀਦਾ। ਨਹੀਂ ਚੱਲ ਹੀ ਨਹੀਂ ਜੀ, ਨਹੀਂ ਚੱਲ ਹੀ ਨਹੀਂ ਸਕਦੀ। ਦੇਖੋ ਜੀ, ਸਵਾਲ ਤਾਂ ਇਹ ਹੈਗਾ, ਹਾਲੇ ਤਾਂ ਉਹ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਹੈਗਾ ਕਿ ਆਤਸ਼ੀ ਤੇ ਉਹ ਦੂਸਰੇ ਜਿਹੜੇ ਹੈਗੇ ਆ, ਜਦੋਂ ਉਹਨਾਂ ਨੂੰ ਵੀ ਫੜ ਹੋਣਾ, ਅਰੈਸਟ ਹੋਣੀ ਆ ਉਹਨਾਂ ਦੀ, ਉਸ ਤੋਂ ਬਾਅਦ ਪਤਾ ਲੱਗਣਾ ਕਿ ਉਹਨਾਂ ਨੇ ਹਾਲੇ ਕਿੰਨਿਆਂ ਦੇ ਨਾਂ ਲੈਣੇ ਆ। ਸੋ ਇਹ ਤਾਂ ਦਲਦਲ ਦੇ ਵਿੱਚ, ਕਰਪਸ਼ਨ ਦੀ ਦਲਦਲ ਦੇ ਵਿੱਚ ਫਸੀ ਵੀ ਸਰਕਾਰ ਹੈਗੀ ਆ। ਹਾਲੇ ਤਾਂ ਪੰਜਾਬ ਚ ਸ਼ੁਰੂ ਹੋਣ ਦੋ, ਫੇਰ ਦੇਖਿਓ ਇਹ ਭੱਜਦੇ ਨਹੀਂ ਹੈਗੇ, ਡਰਾਮੇ ਕਰਦੇ ਹੈਗੇ ਆ। ਇਹਨਾਂ ਨੂੰ ਜਦੋਂ ਪਤਾ ਲੱਗ ਰਿਹਾ ਹੈ ਵੀ ਇਹਦੀਆਂ ਤਾਰਾਂ ਕਿੱਧਰ ਨੂੰ ਜੁੜਦੀਆਂ, ਜਦੋਂ ਕਹਿੰਦੇ ਨੇ ਹਰਪਾਲ ਚੀਮੇ ਦਾ ਨਾਂ ਆ ਰਿਹਾ, ਫਲਾਣੇ ਦਾ ਨਾਂ ਆ ਰਿਹਾ, ਕੱਲੇ ਕੱਲੇ ਨੇ ਭੱਜ ਭੱਜ ਜਾਣਾ, ਸਾਰੇ ਹੀ ਭੱਜ ਰਹੇ ਜੀ। ਛੋਟਾ ਜਿਹਾ ਖੜਿਆਲ ਸਾਹਿਬ, ਮੈਂ ਇੰਨੀ ਗੱਲ ਕਹਿਣਾ, ਧਾਰਨੀ ਸਾਹਿਬ ਨੇ ਇੱਕ ਕੰਸਰਨ ਜ਼ਾਹਿਰ ਕੀਤਾ, ਮੈਂ ਉਹਦਾ ਜਵਾਬ ਦੇਣਾ। ਧਾਰਨੀ ਸਾਹਿਬ, ਗੱਲ ਬੜੀ ਸਿੰਪਲ ਹੈ, ਸਾਡਾ ਸਟੈਂਡ ਹੈਗਾ ਕਿ ਇੰਡੀਆ ਅਲਾਇੰਸ ਟਾਰਗੇਟ ਹੋ ਰਿਹਾ, ਮੈਂ ਤੁਹਾਨੂੰ ਚਾਰ ਪੰਜ ਉਦਾਹਰਣ ਦਿੱਤੇ ਉਹਦੇ। ਦੂਜਾ ਅਸੀਂ ਕਿਹਾ ਵੀ ਜੇ ਕੇਜਰੀਵਾਲ ਸਾਹਿਬ ਦਾ ਕਸੂਰ ਸੀਗਾ ਤੇ 21 ਚ ਅਰੈਸਟ ਹੋ ਜਾਂਦੇ, 22 ਚ ਹੋ ਜਾਂਦੇ, 23 ਚ ਹੋ ਜਾਂਦੇ, ਫੜ ਕੇ ਅੰਦਰ ਦੇ ਦਿੰਦੇ। ਹੁਣ ਜੇ ਤੁਸੀਂ ਨਹੀਂ ਦਿੱਤਾ ਤੇ ਜਸਟ ਬਿਫੋਰ ਲੋਕ ਸਭਾ ਇਲੈਕਸ਼ਨ ਇੰਡੀਆ ਅਲਾਇੰਸ ਦੇ ਹੇਮੰਤ ਸੋਰੇਨ, ਕਾਂਗਰਸ ਪਾਰਟੀ, ਕੇਜਰੀਵਾਲ ਤੇ ਹੋਰ ਲੀਡਰਸ ਤੇ ਪਾਰਟੀਜ਼ ਨੂੰ ਟਾਰਗੇਟ ਕਰ ਰਹੇ ਹੋ, ਅਸੀਂ ਉਹਦੇ ਸਵਾਲ ਖੜਾ ਕਰ ਰਹੇ। ਹੁਣ ਜਿੱਥੋਂ ਤੱਕ ਗੱਲ ਕੀਤੀ ਅਸੀਂ ਤਿਹਾੜ ਜੇਲ੍ਹ ਦੀ, ਸਾਡਾ ਸਟੈਂਡ ਬੜਾ ਸਿੰਪਲ ਹੈ ਧਾਰਨੀ ਸਾਹਿਬ, ਤੇ ਤੁਹਾਡਾ ਵੀ ਹੋਣਾ ਚਾਹੀਦਾ ਕਿ ਲੋਕਾਂ ਦਾ ਕੰਮ ਨਹੀਂ ਸਫ਼ਰ ਕਰਨਾ ਚਾਹੀਦਾ। ਹੁਣ ਜੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਸ਼ਵਾਸਨ ਦੇ ਸਕਦੀ ਹੈ ਵੀ ਜਿੰਨੀ ਐਫੀਸ਼ੀਐਂਸੀ ਦੇ ਨਾਲ ਅਸੀਂ ਜੇਲ੍ਹ 'ਚੋਂ ਬਾਹਰ ਸਰਕਾਰ ਚਲਾਉਂਦੇ ਰਹੇ ਹਾਂ, ਉਨੀ ਐਫੀਸ਼ੀਐਂਸੀ ਦੇ ਨਾਲ ਜੇਲ੍ਹ ਦੇ ਅੰਦਰੋਂ ਚਲਾਵਾਂਗੇ, ਫਿਰ ਤਾਂ ਠੀਕ ਹੈ ਵੀ 3 ਘੰਟਿਆਂ ਦੇ ਵਿੱਚ ਉਨੀ ਐਫੀਸ਼ੀਐਂਸੀ ਆ ਜੂ, ਬਗੈਰ ਇੰਟਰਨੈਟ, ਬਗੈਰ ਟੈਲੀਫੋਨ, ਸਾਰਾ ਕੁਝ ਹੋ ਜਾਊਗਾ। ਸੋ ਜੇ ਨਹੀਂ ਹੋ ਸਕਦੇ, ਫਿਰ ਅਸੀਂ ਡਿਮਾਂਡ ਕਰਦੇ ਹਾਂ ਵੀ ਲੋਕਾਂ ਨੇ ਇੱਕ ਸਟੇਬਲ ਗਵਰਨਮੈਂਟ ਲਈ ਵੋਟ ਪਾਈ ਹੈ, ਉਹਨਾਂ ਨੂੰ ਕੋਈ ਤੰਗੀ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਇੱਕ ਲੀਡਰ ਕਰਕੇ, ਤੇ ਜੇ ਰਿਪਲੇਸਮੈਂਟ ਇਜ਼ ਰਿਕੁਆਇਰਡ ਦੈਨ ਇਟ ਸ਼ੁੱਡ ਬੀ ਡਨ। ਜੇ ਆਮ ਆਦਮੀ ਪਾਰਟੀ ਕਹਿ ਸਕਦੀ ਕਿ ਅਸੀਂ ਕਰ ਲਾਂਗੇ, ਹੁਣ ਮੇਰਾ ਜਵਾਬ ਸੁਣ ਲਓ ਜੀ। ਪਹਿਲੀ ਗੱਲ ਤਾਂ ਚਲੋ ਮੇਰੇ ਵਿਰੋਧੀ ਬੁਲਾਰਿਆਂ ਨੇ ਇਹ ਚੀਜ਼ ਤਾਂ ਮੰਨੀ ਕਿ ਦਿੱਲੀ ਦੀ ਸਰਕਾਰ ਬੜੀ ਐਫੀਸ਼ੈਂਟਲੀ ਕੰਮ ਕਰ ਰਹੀ ਸੀ ਔਰ ਬੜੀ ਐਫੀਸ਼ੈਂਸੀ ਦੇ ਨਾਲ ਦਿੱਲੀ ਦੀ ਸਰਕਾਰ ਚੱਲ ਰਹੀ ਸੀ, ਚਲੋ ਅੱਜ ਤਾਂ ਮੰਨੀ ਇਹਨਾਂ ਨੇ ਵਿਰੋਧੀ ਪਾਰਟੀਆਂ ਨੇ। ਦੂਜੀ ਚੀਜ਼ ਮੈਂ ਦੱਸਦਾ, ਕਿਹੜੇ ਲਾਅ ਚ ਧਾਰਨੀ ਜੀ ਮੈਨੂੰ ਦੱਸ ਦੇਣ, ਬਰਾੜ ਸਾਹਿਬ ਵਿਰੋਧੀ ਪਾਰਟੀ ਕਿਹੜੀ, ਇਹ ਵੀ ਕਾਂਗਰਸ ਵੀ ਤੇ ਅਕਾਲੀ ਦਲ ਵੀ ਤੇ ਬੀਜੇਪੀ ਵੀ। ਦੂਜੀ ਸੁਣ ਲਓ ਹੁਣ ਪਟਿਆਲ ਸਾਹਿਬ, ਖੜਿਆਲ ਸਾਹਿਬ ਇੰਟਰਪਟ ਨਾ ਕਰਿਓ, ਨੋ ਪਲੀਜ਼, ਨੋ ਤੁਹਾਨੂੰ ਸਭ ਤੋਂ ਵੱਧ ਟਾਈਮ ਮਿਲਿਆ, ਟਾਈਮਿੰਗ ਨੋਟ ਕਰ ਲਿਓ, ਟਾਈਮਿੰਗ ਨੋਟ ਕਰ ਲਿਓ, ਸਭ ਤੋਂ ਵੱਧ ਸਮਾਂ ਤੁਹਾਨੂੰ ਮਿਲਿਆ ਐਂਡ ਨੈਕਸਟ ਸਰਕਾਰ 12 ਘੰਟੇ ਚੱਲਦੀ ਹੈ ਦੱਸ ਰਿਹਾ ਸੀ, ਨੈਕਸਟ ਟਾਈਮ ਫਿਰ ਮੈਨੂੰ ਵੀ ਇੰਟਰਪਟ ਕਰਨਾ ਪੈਣਾ, ਮੈਂ ਤੁਹਾਨੂੰ ਕਲੀਅਰ ਦੱਸ ਰਿਹਾ। ਦੂਜੀ ਚੀਜ਼, ਪਹਿਲੀ ਗੱਲ ਤਾਂ ਇਹ ਚੀਜ਼ ਸਾਬਤ ਹੋ ਗਈ ਕਿ ਦਿੱਲੀ ਦੀ ਸਰਕਾਰ ਬੜੀ ਐਫੀਸ਼ੀਐਂਟਲੀ ਕੰਮ ਕਰ ਰਹੀ ਹੈ। ਦੂਜੀ ਸੁਣ ਲਓ, ਉਹ ਸੁਣ ਲਓ, ਉਦਾਹਰਣ ਦਿੱਤਾ ਹੈ, ਚਲੋ ਥੋੜੀ ਸਰਕਾਰ ਜੀ, ਪਹਿਲਾਂ ਇਹਨਾਂ ਨੂੰ ਟਾਈਮ ਦੇ ਲਿਆ ਕਰੋ ਸਾਰਾ, ਮੈਂ ਇਹੀ ਦੱਸ ਰਿਹਾ ਕਿ ਇਹਨਾਂ ਦਾ ਟਾਈਮਿੰਗ ਮੈਂ ਤੁਹਾਨੂੰ ਨੋਟ ਕਰਕੇ ਦੱਸ ਦੂੰਗਾ। ਐਫੀਸ਼ੀਐਂਸੀ ਜਿਹੜੀ ਸਰਕਾਰ, ਖੜਿਆਲ ਸਾਹਿਬ ਇੰਟਰਪਟ ਨਾ ਕਰੋ, ਤੁਹਾਡੀ ਟਰਮ ਵੀ ਆਣੀ ਹੈ, ਤੁਹਾਡੀ ਟਰਮ ਵੀ ਆਣੀ ਹੈ, ਹੁਣ ਆਰਾਮ ਨਾਲ ਸੁਣ ਲਓ, ਆਰਾਮ ਨਾਲ ਸੁਣ ਲਓ, ਮਿਸਕੋਡ ਨਾ ਕਰੋ, ਨਾ ਬਿਲਕੁਲ ਕੋਡ ਸਹੀ ਕੀਤਾ ਮੈਂ, ਤੁਸੀਂ ਆਪਣੀ ਗੱਲ ਚੁਲ ਜਿਓ, ਦੂਜੀ ਸੁਣ ਲਓ, ਹੁਣ ਜਵਾਬ ਸੁਣ ਲਓ। ਦੂਜੀ ਚੀਜ਼ ਮੈਨੂੰ ਧਾਰਨੀ ਜੀ ਦੱਸ ਦੇਣ, ਖੜਿਆਲ ਸਾਹਿਬ ਦੱਸ ਦੇਣ, ਐਡਵੋਕੇਟ ਹੈ, ਕਿਹੜੇ ਲਾਅ ਦੇ ਵਿੱਚ ਲਿਖਿਆ ਕਿ ਅਗਰ ਕਿਸੇ ਤਰੀਕੇ ਕਿਸੇ ਨੂੰ ਸਜ਼ਾ ਨਹੀਂ ਹੋਈ ਤੇ ਉਹ ਜਿਹੜਾ ਹੈ ਜੀ ਵਰਕ ਨਹੀਂ ਕਰ ਸਕਦਾ, ਜਾਂ ਉਹ ਜਿਹੜਾ ਹੈ ਜੀ ਉਹਨੂੰ ਅਸਤੀਫਾ ਦੇਣਾ ਪਏਗਾ। ਤੀਸਰੀ ਚੀਜ਼, ਜਦੋਂ ਇਹਨਾਂ ਦੇ ਮਨਮੋਹਨ ਸਿੰਘ ਜੀ, ਇਹਨਾਂ ਦੇ ਮਿਨਿਸਟਰ, ਚੀਫ ਮਿਨਿਸਟਰਸ, ਅਕਾਲੀ ਦਲ ਦੇ ਬਾਦਲ ਸਾਹਿਬ ਇਲਾਜ ਕਰਨ ਲਈ ਮਹੀਨਿਆਂ ਬੱਧੀ ਬਾਹਰ ਰਹੇ ਹੈ ਪ੍ਰਦੇਸ਼ਾਂ ਦੇ ਵਿੱਚ, ਉਦੋਂ ਅਸਤੀਫਾ ਦੇ ਕੇ ਗਏ ਸੀ, ਮੈਨੂੰ ਇੱਕ ਵਾਰੀ ਜਵਾਬ ਦੇ ਦਿਓ। ਚੌਥੀ ਚੀਜ਼ ਮੈਨੂੰ ਦੱਸ ਦਿੰਦਾ ਮੈਂ ਇਹਨਾਂ ਨੂੰ, ਅਗਰ ਕਿਸੇ ਨੂੰ ਗੈਰ ਕਾਨੂੰਨੀ ਪਾਸੀ ਸਾਹਿਬ ਬਾਹਰ ਜਾਣ ਤੇ ਜੇਲ੍ਹ ਜਾਣ ਚ ਫਰਕ ਤੇ ਹੁੰਦਾ ਹੈ ਬਰਾੜ ਸਾਹਿਬ, ਪ੍ਰੈਜ਼ੈਂਸ ਦੋਨਾਂ ਕੇਸਾਂ ਦੇ ਵਿੱਚ, ਬਾਹਰ ਜਾਣ ਤੇ ਜੇਲ੍ਹ, ਦੋਨਾਂ ਕੇਸਾਂ ਦੇ ਵਿੱਚ ਸਟੇਟ ਨਹੀਂ ਹੁੰਦੀ,
ਬਰਾੜ ਸਾਹਿਬ ਬਾਹਰ ਜਾਣ ਤੇ ਜੇਲ੍ਹ ਜਾਣ ਨੂੰ ਬਰਾੜ ਸਾਹਿਬ ਸੁਣ ਲਓ, ਬਿਲਕੁਲ ਇੱਕ ਨਹੀਂ ਕਰ ਰਿਹਾ ਮੈਂ ਨਹੀਂ, ਬਾਕੀ ਬੁਲਾਣਾ ਕੇਸਾਂ ਦੇ ਵਿੱਚ ਚੀਫ ਮਿਨਿਸਟਰ ਸਟੇਟ ਦੇ ਵਿੱਚ ਨਹੀਂ ਹੁੰਦਾ, ਜਾਂ ਕੋਈ ਕੋਈ ਆਰਟੀਫੀਸ਼ੀਅਲ ਟੈਕਨੋਲੋਜੀ ਸੀ ਤੇ ਉੱਥੋਂ ਬੈਠ ਕੇ ਉੱਥੇ ਬੈਠੇ ਸੀ। ਦੂਜੀ ਚੀਜ਼ ਸੁਣ ਲਓ ਹੁਣ, ਸਟੇਟਸ ਨੇ ਸੁਣ ਲਓ ਹੁਣ, 11 ਦਿਨਾਂ ਤੋਂ ਦਿੱਲੀ ਸਰਕਾਰ ਐਫੀਸ਼ੀਐਂਟਲੀ ਰਨ ਕਰ ਰਹੀ ਹੈ ਔਰ ਕਰੇਗੀ ਐਫੀਸ਼ੀਐਂਟਲੀ, ਅਸੀਂ ਭਰੋਸਾ ਦਿੰਦੇ ਹਾਂ ਲੋਕਾਂ ਨੂੰ। ਤੀਸਰੀ ਇੱਕ ਹੋਰ ਅਹਿਮ ਚੀਜ਼ ਦੇਖ ਲਓ ਤੁਸੀਂ, ਇੱਕ ਟ੍ਰੈਪ ਦੇਖੋ ਬਰਾੜ ਸਾਹਿਬ, ਕਿ ਇੱਕ ਚੀਜ਼ ਜੋ ਐਕਚੁਅਲ ਦੇ ਵਿੱਚ ਹੋਈ ਨਹੀਂ, 2022-23 ਦਾ ਐਕਸਾਈਜ਼ ਕਲੈਕਸ਼ਨ ਚੱਕ ਲਓ ਤੇ 2021-22 ਦਾ ਐਕਸਾਈਜ਼ ਕਲੈਕਸ਼ਨ ਚੱਕ ਲਓ, ਦਿੱਲੀ ਦਾ 1700 ਕਰੋੜ ਤੋਂ ਉੱਪਰ ਦਾ ਵਾਧਾ ਹੋਇਆ ਸੀ। ਬਾਹਰ ਹੀ ਸੀ ਨਾ ਜੀ ਇਹਨਾਂ ਗੱਲਾਂ ਦਾ, ਕੋਈ ਲੈਣਾ ਦੇਣਾ ਨਹੀਂ। ਕਿਉਂ ਲੈਣਾ ਦੇਣਾ ਨਹੀਂ ਜੀ, ਜਦੋਂ ਇੱਕ ਸਕੈਮ ਐਕਚੁਅਲ ਦੇ ਵਿੱਚ ਹੋਇਆ ਨਹੀਂ, ਤੁਸੀਂ ਹਵਾ ਦੇ ਵਿੱਚ ਬਣਾ ਕੇ ਸਿਰਫ ਇਸ ਚੀਜ਼ ਲਈ ਕਿ ਦਿੱਲੀ ਸਰਕਾਰ ਨੂੰ ਸਾਬੋਟਾਜ ਕੀਤਾ ਜਾਣਾ ਚਾਹ ਰਹੇ ਨੇ। ਮੈਡਮ ਜੈਸਮੀਨ ਕੁਛ ਕਹਿਣਾ ਚਾਹ ਰਹੀ ਹੈ, ਇੱਕ ਮਿੰਟ ਸੁਣ ਲਓ ਪਹਿਲਾਂ, ਮੈਨੂੰ ਸੁਣ ਲਓ ਹੁਣ, ਇੱਕ ਮਿੰਟ ਬਰਾੜ ਸਾਹਿਬ ਮੈਨੂੰ ਸਭ ਤੋਂ ਘੱਟ ਸਮਾਂ, ਹੁਣ ਦੂਜੀ ਸੁਣ ਲਓ ਇਹਨਾਂ ਦੇ ਅਜੀਤ ਪਵਾਰ ਬਾਰੇ। ਜੈਸਮੀਨ ਜੀ ਦੇ ਜਿਹੜੇ ਸਾਡੇ ਬੀਜੇਪੀ ਦੇ ਹੈੱਡ ਵੀ ਆ ਔਰ ਸਾਡੇ ਦੇਸ਼ ਦੇ ਮਾਨਿਆ ਪ੍ਰਧਾਨ ਮੰਤਰੀ ਵੀ ਹੈ, ਉਹਨਾਂ ਨੇ ਕਿਹਾ ਸੀ ਚੱਕੀ ਪੀਸਿੰਘ 70,000 ਕਰੋੜ ਦਾ ਘੁਟਾਲਾ, ਉਹ ਵੀ ਮੁੱਖ ਮੰਤਰੀ ਹੈ, ਉਹ ਦੱਸੋ ਜੀ ਕਿੱਥੇ ਆ ਘੁਟਾਲਾ, ਉਹ ਕਿੱਥੇ ਅਰੈਸਟ ਹੈ। ਉਸ ਤੋਂ ਬਾਅਦ ਮੈਨੂੰ ਦੱਸੋ ਯਦੁਰੱਪਾ ਜਿਹੜਾ ਸੋਨੇ ਦੀ ਥਾਲੀ ਦੇ ਵਿੱਚ ਰੋਟੀ ਚੱਲਦੀ ਸੀ, ਹਿਮੰਤ ਬਿਸ਼ਵ ਸ਼ਰਮਾ ਜਿਹਦੀ ਬੁੱਕਲੈਟ ਖੁਦ ਬੀਜੇਪੀ ਨੇ ਜਾਰੀ ਕੀਤੀ ਸੀ ਕਰਪਸ਼ਨ ਦੀ, ਅੱਜ ਉਹਦੀ ਈਡੀ ਦੀ ਕਿੱਥੇ ਆ? ਪ੍ਰਫੁੱਲ ਪਟੇਲ ਜਿਹਨੇ ਏਅਰਲਾਈਨਸ ਦੇ ਸਾਰੇ ਵਧੀਆ ਰੂਟ ਪ੍ਰਾਈਵੇਟ ਦੇ ਇਲਜ਼ਾਮ ਲੱਗੇ ਸੀ ਔਰ ਬੀਜੇਪੀ ਕਹਿੰਦੀ ਸੀ ਕਿਉਂਕਿ ਉਹ ਕਾਂਗਰਸ ਦੇ ਸਮੇਂ ਏਵੀਏਸ਼ਨ ਮਿਨਿਸਟਰ ਸੀ, ਔਰ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਕੀਤੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਤੇ 19 ਮਾਰਚ ਨੂੰ ਕੋਰਟ ਦੇ ਵਿੱਚ ਕਹਿੰਦੇ ਜੀ ਕਲੋਜ਼ਰ ਰਿਪੋਰਟ ਹੈ। ਮੇਰਾ ਸਵਾਲ ਇਹ ਹੈ ਜੀ ਕਿ ਜਿਹੜੀਆਂ 2014 ਤੋਂ ਜਾਂ ਜਿਨ੍ਹਾਂ ਨੇ ਇਹਨਾਂ ਨੂੰ ਫੰਡ ਦੇ ਦਿੱਤੇ ਉੱਥੇ ਈਡੀ ਦੀਆਂ ਰਿਪੋਰਟਾਂ ਕਿੱਥੇ ਹੈ ਜਿੱਥੇ ਇੱਕ ਪੈਸੇ ਦੀ ਟ੍ਰੇਲ ਨਹੀਂ? ਜਵਾਬ ਤੇ ਸੁਣੋ, ਇਹਨਾਂ ਦਾ ਮੇਰੇ ਜਵਾਬ ਤੇ ਕਿ ਲੋਕਾਂ ਸਾਹਿਬ ਆਪਣਾ ਟਾਈਮ ਦੇਣਾ ਆਪਣਾ ਕਰ ਰੱਖਿਆ, ਚਲੋ ਕੋਈ ਨਹੀਂ ਤਾਂ ਕੈਲਕੂਲੇਸ਼ਨ ਕਰ ਲਿਓ, ਕੋਈ ਗੱਲ ਤੁਸੀਂ ਬੜਾ ਜਿਹਾ ਸਬਰ ਰੱਖਿਆ, ਸਫਰ ਨਹੀਂ ਕਰ ਰਹੇ ਬਿਲਕੁਲ ਬਰਾਸਾ ਸਬਰ ਹੈ, ਲੇਕਿਨ ਮੈਂ ਵੀ ਅਗਰੀ ਕਰ ਰਿਹਾ ਨਾ, ਕੋਈ ਗੱਲ ਨਹੀਂ ਸਬਰ ਰੱਖਿਆ ਕਰੋ ਜੀ। ਮੈਡਮ ਸੰਧਾ ਵਾਲੀਆ, ਐਡਮਿਨਿਸਟ੍ਰੇਸ਼ਨ ਕਿਵੇਂ ਚੱਲ ਸਕਦੀ ਹੈ ਜਿੱਦਾਂ 11 ਦਿਨ ਤੋਂ ਚੱਲ ਰਹੀ ਹੈ? ਐਡਮਿਨਿਸਟ੍ਰੇਸ਼ਨ ਕਿਵੇਂ ਚੱਲ ਸਕਦੀ ਹੈ ਜਦੋਂ ਕਿ ਇੱਕ ਚੀਫ ਮਿਨਿਸਟਰ ਨਹੀਂ? ਮੈਨੂੰ ਵੀ ਜਵਾਬ ਦੇ ਲੈਂਦੇ, ਅਸੀਂ ਤੁਹਾਡੀ ਗੱਲ ਸੁਣੀ ਹੈ, ਇਹ ਪਹਿਲੀ ਵਾਰੀ ਹੈ ਇਨ ਦਾ ਅਨਪ੍ਰੈਸੀਡੈਂਟਿਡ ਹੈ ਕਿ ਅਰਵਿੰਦ ਕੇਜਰੀਵਾਲ ਚੀਫ ਮਿਨਿਸਟਰ ਜਿਹੜੇ ਕਿ ਇੱਕ ਤਿਹਾਰ ਜੇਲ੍ਹ ਦੇ ਵਿੱਚ ਨੇ, ਕੀ ਤੁਸੀਂ ਸੋਚਦੇ ਹੋ ਕਿ ਰਾਤ ਨੂੰ ਕੋਈ ਮੀਟਿੰਗ ਕੀਤੀ ਜਾ ਸਕਦੀ ਹੈ ਜੇਲ੍ਹ 'ਚ? ਕੀ ਕੋਈ ਐਡਮਿਨਿਸਟ੍ਰੇਸ਼ਨ ਚੱਲ ਸਕਦੀ ਹੈ ਜੇਲ੍ਹ ਤੋਂ? ਇੱਕ ਮਰਿਆਦਾ ਹੁੰਦੀ ਹੈ, ਇੱਕ ਡਿਗਨਿਟੀ ਹੁੰਦੀ ਹੈ ਚੀਫ ਮਿਨਿਸਟਰਸ਼ਿਪ ਦੀ, ਇੱਕ ਪੋਲੀਟੀਕਲ ਆਫਿਸ ਦੀ, ਉਹਨਾਂ ਨੂੰ ਖੁਦ ਹੀ ਰਿਜ਼ਾਈਨ ਕਰਨਾ ਚਾਹੀਦਾ ਔਰ ਕਿਸੇ ਵੀ ਆਪਣੇ ਮਿਨਿਸਟਰ ਨੂੰ ਚੀਫ ਮਿਨਿਸਟਰ ਬਣਾਉਣ। ਅਸੀਂ ਇਹ ਤੇ ਨਹੀਂ ਕਹਿ ਰਹੇ ਕਿ ਬੀਜੇਪੀ ਦੇ ਜਾਂ ਕਾਂਗਰਸ ਦੇ ਜਾਂ ਕਿਸੇ ਹੋਰ ਨੂੰ ਚੀਫ ਮਿਨਿਸਟਰ ਬਣਾ ਦੇਣ, ਆਪ ਦੇ ਕਿਸੇ ਮਿਨਿਸਟਰ, ਆਪ ਦੇ ਕਿਸੇ ਐਮਐਲਏ ਨੂੰ ਚੀਫ ਮਿਨਿਸਟਰ ਬਣਾਉਣ ਤਾਂ ਕਿ ਲੋਕੀ ਸਫ਼ਰ ਨਾ ਕਰਨ, ਐਡਮਿਨਿਸਟ੍ਰੇਸ਼ਨ ਠੀਕ ਤਰ੍ਹਾਂ ਚੱਲੇ। ਮੇਰਾ ਜਵਾਬ ਲੈ ਲਓ ਬ੍ਰਾਦਰ ਸਾਹਿਬ। ਜੀ ਜੀ ਦੇ ਦਿਓ ਜਵਾਬ। ਅਗਰ ਐਡੀ ਫਿਕਰ ਹੁੰਦੀ ਨਾ ਬੀਜੇਪੀ ਨੂੰ ਐਡਮਿਨਿਸਟ੍ਰੇਸ਼ਨ ਦੀ ਜਾਂ ਇੱਕ ਡਿਗਨਿਟੀ ਦੀ, ਤਾਂ ਅੱਜ ਨੋਟ ਕਰੋ ਅਡਵਾਨੀ ਜੀ ਨੂੰ ਜਦੋਂ ਰਤਨ ਜਵਾਬ ਦੇਣ ਗਏ ਹੈ, ਸੁਣ ਲਓ, ਰਾਸ਼ਟਰਪਤੀ ਜੀ ਖੜੇ ਹੈ ਬੀਜੇਪੀ ਦੇ ਲੀਡਰ ਕੁਰਸੀਆਂ ਤੇ ਬੈਠੇ ਹੈ, ਔਰ ਬੀਜੇਪੀ ਦਿੱਲੀ ਜਾ ਹੁੰਦੀ ਨਾ, ਤੁਸੀਂ ਇਹ ਦੱਸੋ ਬੀਜੇਪੀ ਲਗਾਤਾਰ ਸਾਬਕਾਰੀ ਕਰਨ ਦੀ ਗੱਲਾਂ ਨਾ ਕਰਦੀ, ਪਹਿਲੀ ਵਾਰੀ ਹੈ ਬੀਜੇਪੀ ਲਗਾਤਾਰ ਦਿੱਲੀ ਨੂੰ। ਚਲੋ ਆਪਾਂ ਅਨਸਟੇਅਰ ਕਰਨ ਦੀ ਗੱਲ ਕਰਦੇ ਸਾਹਿਬ, ਇੱਕ ਸੈਕਿੰਡ ਜੇ ਆਪਾਂ ਤਰਕ ਨਾਲ, ਮੈਂ ਇੱਕ ਸੈਕਿੰਡ ਮੈਂ ਸਵਾਲ ਪੁੱਛ ਲੈਣਾ ਕਿ ਉਸ ਐਫੀਸ਼ੀਐਂਸੀ ਦੇ ਨਾਲ, ਜਿਸ ਐਫੀਸ਼ੀਐਂਸੀ ਨਾਲ ਇੱਕ ਸਰਕਾਰ ਚੱਲਦੀ ਹੈ, ਮੈਂ ਰਿਪੀਟ ਕਰਦਾ ਉਸ ਸਵਾਲ ਨੂੰ ਜਿਹੜਾ ਖੜਿਆਲ ਸਾਹਿਬ ਨੇ ਪੁੱਛਿਆ ਸੀ, ਇੱਕ ਸੈਕਿੰਡ,
ਨਾਰਮਲ ਇੱਕ ਸਰਕਾਰ ਬਾਰੇ ਕੀ ਕਿਹਾ ਜਾਂਦਾ ਹੈ ਕਿ ਜਦੋਂ ਸਰਕਾਰੀ ਇੱਕ ਸੈਕਿੰਡ ਮੈਡਮ ਪਲੀਜ਼, ਇੱਕ ਸੈਕਿੰਡ ਮੈਨੂੰ ਆਪਣਾ ਸਵਾਲ ਕੰਪਲੀਟ ਕਰ ਲੈਣ ਦਿਓ ਪਲੀਜ਼। ਸੀਐਮ ਭਗਵੰਤ ਮਾਨ ਕੰਮ ਕਰਦੇ ਆ, ਬਹੁਤ ਕੰਮ ਕਰਦੇ ਆ, ਇਹਦੇ ਚ ਕੋਈ ਦੋ ਰਾਏ ਨਹੀਂ। ਜੇ ਹਰਿਆਣਾ ਦੇ ਸੀਐਮ ਹੈ ਉਹ ਵੀ ਕੰਮ ਕਰਦੇ ਆ ਬਾਹਰ ਰਹਿ ਕੇ, ਜੇ ਰਾਜਸਥਾਨ ਦੇ ਸੀਐਮ ਹੈ ਉਹ ਵੀ ਕੰਮ ਕਰਦੇ। ਹਰ ਸਟੇਟ ਦੀ ਸਰਕਾਰ ਜਿਹੜੀ ਹੈ ਉਹ ਇੱਕ ਐਫੀਸ਼ੀਐਂਸੀ ਦੇ ਨਾਲ ਚੱਲਦੀ ਹੁੰਦੀ ਹੈ ਜਦੋਂ ਸੀਐਮ 24 ਆਵਰ ਪ੍ਰੈਜ਼ੈਂਟ ਹੁੰਦੇ ਆ। ਸੋ ਸਵਾਲ ਬੜਾ ਸਿੰਪਲ ਜਿਹਾ ਇਹ ਹੈ ਕਿ ਜੇ ਸੀਐਮ 24 ਆਵਰ ਪ੍ਰੈਜ਼ੈਂਟ ਹੀ ਨਹੀਂ, ਜੇ ਉਹ 3 ਘੰਟੇ ਜਾਂ 4 ਘੰਟੇ ਪ੍ਰੈਜ਼ੈਂਟ ਨੇ, ਕੀ ਸਰਕਾਰ ਉਸੇ ਰਫਤਾਰ ਨਾਲ ਚੱਲ ਸਕਦੀ ਹੈ ਜਿਵੇਂ ਸਰਕਾਰਾਂ ਚੱਲਦੀਆਂ ਨੇ? ਬਿਲਕੁਲ ਡਾਕਟਰ ਸਾਹਿਬ, ਹੁਣ ਜਵਾਬ ਲੈ ਲਓ, ਕਿਸੇ ਇੱਕ ਐਫੀਸ਼ੀਐਂਸੀ ਦੀ ਗੱਲ ਨਹੀਂ ਹੈ। ਬਿਲਕੁਲ, ਇਹਨਾਂ ਨੂੰ ਮੈਂ ਇਹਦਾ ਜਵਾਬ ਲੈ ਲਓ, ਇੰਟਰਪਟ ਕੀਤਾ ਸੀ, ਜਵਾਬ ਲੈ ਲਓ। ਕਾਉਂਸਲ ਆਫ ਮਿਨਿਸਟਰਸ ਹੁੰਦੀ ਹੈ ਜੀ, ਕਾਉਂਸਲ ਆਫ ਮਿਨਿਸਟਰਸ ਨੇ ਸਰਕਾਰ ਚਲਾਉਣੀ ਹੁੰਦੀ ਹੈ। ਸੀਐਮ ਇਜ਼ ਦੀ ਹੈੱਡ ਆਫ ਦੀ ਕਾਉਂਸਲ ਆਫ ਮਿਨਿਸਟਰਸ, ਬਟ ਕਾਉਂਸਲ ਆਫ ਮਿਨਿਸਟਰਸ ਹੀ ਡਿਸੀਜਨ ਲੈਂਦੀ ਹੈ। ਔਰ ਕਾਉਂਸਲ ਆਫ ਮਿਨਿਸਟਰ ਦਿੱਲੀ ਦੇ ਵਿੱਚ ਸਰਕਾਰ ਚਲਾ ਰਹੀ ਹੈ, ਪਿਛਲੇ 11 ਦਿਨ ਤੋਂ ਵੀ ਚਲਾ ਰਹੀ ਹੈ। ਉਸ ਤੋਂ ਪਹਿਲਾਂ ਜਦੋਂ ਕੇਜਰੀਵਾਲ ਜੀ ਵੀ ਸੀ ਤਾਂ ਵੀ ਕਾਉਂਸਲ ਆਫ ਮਿਨਿਸਟਰ ਸਰਕਾਰ ਚਲਾ ਰਹੀ ਸੀ, ਔਰ ਸੀਐਮ ਸਾਹਿਬ ਉਹਦੇ ਉੱਥੇ ਐਗਜ਼ਿਸਟ ਹੈੱਡ ਸੀ। ਔਰ ਅੱਜ ਵੀ ਕਾਉਂਸਲ ਆਫ ਮਿਨਿਸਟਰ ਐਫੀਸ਼ੀਐਂਟਲੀ ਚਲਾ ਰਹੀ ਹੈ, ਅੱਗੇ ਨੂੰ ਵੀ ਚਲਾਉਂਦੀ ਰਹੀ। ਇੱਕ ਸਵਾਲ ਵਿਜੇਪਾਲ ਜੀ, ਮੇਰੀ ਜੀ ਜੀ ਧਾਰਨੀ ਸਾਹਿਬ, ਇੱਕ ਸੈਕਿੰਡ ਪਲੀਜ਼, ਧਾਰਨੀ ਸਾਹਿਬ ਜੀ। ਦੇਖੋ ਦੇਖੋ, ਪਾਸੀ ਸਾਹਿਬ ਵਕੀਲ ਹੈਗੇ ਆ, ਬਹੁਤ ਸਿਆਣੇ ਵਕੀਲ ਹੈ। ਪਾਸੀ ਸਾਹਿਬ ਪਲੀਜ਼ ਕਾਈਂਡਲੀ ਦੱਸਣ ਵੀ ਕੋਈ ਜੇਲ੍ਹ ਮੈਨੂਅਲ ਹੁੰਦਾ ਕਿ ਨਹੀਂ ਹੁੰਦਾ। ਨੰਬਰ 1, ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਹਾਲੇ ਜਿਹੜੇ ਕੇਜਰੀਵਾਲ ਸਾਹਿਬ ਹੈਗੇ ਸੀ ਉਹ ਪੁਲਿਸ ਰਿਮਾਂਡ ਦੇ ਵਿੱਚ ਸੀ। ਪੁਲਿਸ ਰਿਮਾਂਡ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਮਿਲਦੀ ਜਿਹੜੀ ਹੈਗੀ ਥੋੜੀ ਜਿਹੀ ਵੱਧ ਕੁੱਲ ਦਿੱਤੀ ਜਾਂਦੀ ਹੈ। ਜਦੋਂ ਜੇਲ੍ਹ ਮੈਨੂਅਲ ਲੱਗ ਜਾਂਦਾ ਹੈਗਾ ਤਾਂ ਜੇਲ੍ਹ ਦੀਆਂ ਰਿਸਟ੍ਰਿਕਸ਼ਨ, ਉਹਦੇ ਵਿੱਚ ਇਹ ਇਨਕਲੂਡ ਹੁੰਦਾ ਹੈ ਕਿ ਉਹਦੇ ਵਿੱਚ ਕੋਈ ਇਲੈਕਟ੍ਰੋਨਿਕ ਸਮਾਨ ਨਹੀਂ ਜਾ ਸਕਦਾ। ਇਹ ਕੋਈ ਜਿਹੜਾ ਹੈਗਾ ਕੇਜਰੀਵਾਲ ਸਾਹਿਬ ਵਾਸਤੇ ਲਾਅ ਨਹੀਂ ਚੇਂਜ ਹੋ ਜਾਣਾ, ਜੇਲ੍ਹ ਮੈਨੂਅਲ ਨਹੀਂ ਚੇਂਜ ਹੋ ਜਾਣਾ। ਹਾਂ, ਦੂਜੀ ਗੱਲ ਦੇਖੋ, ਇਹ ਤਾਂ ਅੱਜ ਗੱਲਾਂ ਕਰਦੇ ਆ, ਕਦੇ ਕੇਜਰੀਵਾਲ ਸਾਹਿਬ ਦੇ ਵਾਈਫ ਹੈ ਜਿਹੜੇ ਉਹ ਆ ਕੇ ਮੀਡੀਆ ਦੇ ਸਾਹਮਣੇ ਹਾਜ਼ਰ ਹੁੰਦੇ ਆ। ਦੇਖੋ ਇਹਨਾਂ ਦਾ ਇੱਕ ਇੰਡੀਆ ਗੱਠਜੋੜ ਤਾਂ ਬਣਿਆ ਵਈ ਹੈ ਤੇ ਪ੍ਰੀਡੀਸੈਸਰਾਂ ਤੋਂ ਇਹ ਰਾਏ ਲੈਣ ਕਿ ਪਹਿਲਾਂ ਜਿਹੜੇ ਹੈਗੇ ਲਾਲੂ ਪ੍ਰਸ਼ਾਦ ਜੀ ਗਏ ਸੀ, ਰਾਬੜੀ ਦੇਵੀ ਜੀ ਨੇ ਰਾਜ ਚਲਾਤਾ ਸੀ, ਹੁਣ ਵੀ ਇੱਕ ਰਾਬੜੀ ਦੇਵੀ ਨੂੰ ਪੰਜਾਬ ਜਿਹੜਾ ਦਿੱਲੀ ਦਾ ਰਾਜ ਦੇ ਦੇਣਾ ਚਾਹੀਦਾ। ਔਰ ਉਹ ਅਖੀਰ ਹੋਣਾ ਇਹੀ ਹੈ। ਅੱਜ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ, ਅਲਟੀਮੇਟਲੀ ਤੁਸੀਂ ਦੇਖ ਲਿਓ ਕਿ ਇਹ ਜਿਹੜਾ ਹੈਗਾ ਉਹਨਾਂ ਦੀ ਵਾਈਫ ਦੁਆਰਾ ਹੀ ਜਿਹੜਾ ਹੈਗਾ ਇਹਨੂੰ ਚਲਾਇਆ ਜਾਊਗਾ। ਮੈਂ ਅਲਟੀਮੇਟਲੀ ਇੱਕੋ ਗੱਲ ਕਹਿੰਦਾ ਹੈਗਾ ਕਿ ਲਾਅ ਸਭ ਵਾਸਤੇ ਬਰਾਬਰ ਹੈ, ਕੋਈ ਬੰਦਾ ਆਪਣੇ ਕੇਸ ਦਾ ਆਪੇ ਜੱਜ ਨਹੀਂ ਹੋ ਸਕਦਾ। ਮੈਂ ਕਹਿੰਦਾ ਮੈਂ ਕਤਲ ਕਰਕੇ, ਮੈਂ ਵਕੀਲ ਹੈ, ਇਹ ਵੀ ਬੈਠੇ ਆ ਵਕੀਲ ਹੈ, ਇਹ ਕਤਲ ਕਰਕੇ ਵੀ ਬੰਦਾ ਕਹਿੰਦਾ ਉਹਨੂੰ ਇੱਕ ਲਾਸਟ ਦੇ ਵਿੱਚ ਪੁੱਛਿਆ ਜਾਂਦਾ ਯੂ ਪਲੀਡ ਗਿਲਟੀ, ਉਹ ਕਹਿੰਦਾ ਨੋ। ਠੀਕ ਹੈ, ਉਹ ਲਾਸਟ ਟਾਈਮ ਤੱਕ ਨਹੀਂ, ਜਦੋਂ ਤੱਕ ਪ੍ਰੋਨਾਊਂਸ ਨਹੀਂ ਹੋ ਜਾਂਦੀ ਜੱਜਮੈਂਟ ਉਦੋਂ ਤੱਕ ਉਹਨੂੰ ਮਤਲਬ ਸਜ਼ਾ ਨਹੀਂ ਸੁਣਾ ਦਿੱਤੀ ਜਾਂਦੀ, ਉਦੋਂ ਤੱਕ ਉਹ ਗਿਲਟੀ ਨਹੀਂ ਹੈਗਾ। ਸੋ ਇਸ ਕਰਕੇ ਕੇਜਰੀਵਾਲ ਸਾਹਿਬ ਹਾਲੇ ਵੀ ਗਿਲਟੀ ਨਹੀਂ ਹੈਗੇ, ਪਰ ਜੇ ਇਹਨਾਂ ਦੇ ਦੋਹਾਂ ਦੀ ਲਾਈਫ ਦੇ ਵਿੱਚ ਤਿੰਨਾਂ ਦੀ ਦੇ ਵਿੱਚ ਕੋਈ ਇਹੋ ਜਿਹਾ ਕੇਸ ਆਇਆ ਜਿਹਦੇ ਵਿੱਚ ਜੇਲ੍ਹ ਮੈਨੂਅਲ ਕਿਸੇ ਬੰਦੇ ਵਾਸਤੇ ਬਦਲ ਦਿੱਤਾ ਗਿਆ ਹੋਵੇ, ਕਿਸੇ ਵਾਸਤੇ ਲਾਅ ਬਦਲ ਦਿੱਤਾ ਗਿਆ ਹੋਵੇ, ਕਿਸੇ ਸਰਕਾਰਾਂ ਜਿਹੜੀਆਂ ਜੇਲ੍ਹਾਂ ਦੇ ਵਿੱਚੋਂ ਚੱਲੀਆਂ ਹੋਣ ਤਾਂ ਮੈਨੂੰ ਇੱਕ ਇਨਸਟਾਂਸ ਦੱਸ ਦੇਣ। ਠੀਕ ਹੈ, ਠੀਕ ਹੈ ਪਾਸੀ ਸਾਹਿਬ, ਮੇਰਾ ਇਹਦੇ ਨਾਲ ਹੀ ਸਵਾਲ ਇਹ ਹੈ ਕਿ ਜਿਵੇਂ ਅੱਜ ਤੁਹਾਡੇ ਵਿਧਾਇਕਾਂ ਨੇ ਕਿਹਾ ਵੀ ਸਾਡੇ ਤੇ ਤਲਵਾਰ ਲਟਕ ਰਹੀ ਹੈ ਜਾਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਕੋਈ ਐਸੀ ਚੀਜ਼ ਹੋ ਸਕਦੀ ਹੈ, ਤਾਂ ਫਿਰ ਆਮ ਆਦਮੀ ਪਾਰਟੀ ਨੇ ਖਾਲੀ ਕਿਉਂ ਛੱਡਿਆ? ਫਿਰ ਜੇ ਡਿਸੀਜਨ ਲੈਣ 'ਚ ਹਰਜ ਕੀ ਹੈ? ਜੇ ਜੇ ਜਿਵੇਂ ਇਹ ਕਹਿ ਰਹੇ ਨੇ ਆਪਣਾ ਧਾਰਨੀ ਸਾਹਿਬ ਕਿ ਉਹਨਾਂ ਦੇ ਧਰਮ ਪਤਨੀ ਹੁਣ ਕਰਤੇ ਰਹੀ ਹੈ, ਜਿਸ ਤਰੀਕੇ ਨਾਲ ਵੀ ਉਹ ਅੱਗੇ ਆਉਂਦੇ ਆ ਸਾਹਮਣੇ ਸਾਰੀ ਗੱਲ ਕਰਦੇ ਆ, ਅਤੇ ਉਹ ਵੀ ਇੱਕ ਆਪਸ਼ਨ ਹੋ ਸਕਦੇ ਆ।
ਦੇਖੋ ਬਰਾੜ ਸਾਹਿਬ, ਦਿੱਲੀ ਦੇ ਲੋਕਾਂ ਨੇ 70 ਸੀਟਾਂ ਚੋਂ 62 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਜੀ ਵਿਸ਼ਵਾਸ ਜਿਤਾਇਆ। ਠੀਕ ਹੈ, ਔਰ ਆਮ ਆਦਮੀ ਪਾਰਟੀ ਦੀ ਡਿਊਟੀ ਹੈ ਦਿੱਲੀ ਦੇ ਲੋਕਾਂ ਨੂੰ ਇੱਕ ਸਹੀ ਪ੍ਰਸ਼ਾਸਨ ਦੇਣਾ, ਔਰ ਦੇ ਰਹੇ ਹੈ। ਪਹਿਲੀ ਚੀਜ਼ ਮੈਂ ਇਹ ਕਲੀਅਰ ਕਰਦਾ। ਦੂਜੀ ਗੱਲ, ਅੱਜ ਵੀ ਜਿਹੜਾ ਹੈ ਪ੍ਰਸ਼ਾਸਨ ਬੜੇ ਅੱਛੇ ਤਰੀਕੇ ਦੇ ਨਾਲ ਚੱਲ ਰਿਹਾ। ਤੀਜੀ ਗੱਲ, ਜੇਨ ਮੈਨੂਅਲ ਦਾ ਮੈਨੂੰ ਇੱਕ ਵੀ ਪ੍ਰੋਵੀਜ਼ਨ ਦਿਖਾ ਦਿਓ ਜਿਸ 'ਚ ਲਿਖਿਆ ਹੋਵੇ ਕਿ ਜੀ ਜਿਸ ਬੰਦੇ ਨੂੰ ਜੁਡੀਸ਼ੀਅਲ ਕਸਟਡੀ, ਸਜ਼ਾ ਨਹੀਂ ਹੋਈ ਬਰਾੜ ਸਾਹਿਬ, ਜੇਲ੍ਹ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਸਜ਼ਾ ਹੋ ਗਈ, ਜੁਡੀਸ਼ੀਅਲ ਕਸਟਡੀ ਵਰਡ ਹੈ ਉੱਥੇ, ਦਿਖਾ ਦੇਣ ਵੀ ਉੱਥੇ ਉਹਨੂੰ ਅਸਤੀਫਾ ਦੇਣਾ ਜ਼ਰੂਰੀ ਹੋ ਜਾਂਦਾ। ਚੌਥੀ ਚੀਜ਼, ਅਗਰ ਸਾਡੀ ਸਰਕਾਰ ਨੂੰ, ਸਾਡੀ ਪਾਰਟੀ ਨੂੰ, ਸੁਣ ਲਓ, ਮੈਂ ਤਾਂ ਤੁਹਾਨੂੰ ਡਿਸਟਰਬ ਨਾ ਕਰੋ, ਚਾਰਲੀ ਜੀ ਜੇਲ੍ਹ ਮੈਨੂਅਲ ਦਾ ਫਿਰ ਮੈਨੂੰ ਧਾਰਾ ਦੱਸ ਦਿਓ ਜਰਾ ਕਿਹੜੀ ਹੈ, ਸੁਣ ਲਓ ਹੁਣ ਜਰਾ, ਡਿਸਟਰਬ ਨਾ ਕਰੋ। ਅਗਰ ਸਾਡੀ ਸਰਕਾਰ ਨੂੰ ਕੁਛ ਲੱਗੇਗਾ, ਸਾਡੀ ਪਾਰਟੀ ਨੂੰ ਲੱਗੇਗਾ, ਉਸ ਟਾਈਮ ਡਿਸੀਜ਼ਨ ਲੈ ਲਿਆ ਜਾਏਗਾ। ਇਹਨਾਂ ਨੂੰ ਇੰਨੀ ਪ੍ਰੋਬਲਮ ਕਿਉਂ ਹੋਈ ਪਈ ਹੈ, ਵਿਰੋਧੀਆਂ ਨੂੰ ਇਹਨਾਂ ਦੇ ਢਿੱਡ ਪੇਟ ਕਿਉਂ ਵਧੀ ਹੋਈ ਹੈ? ਖੜਿਆਲ ਸਾਹਿਬ, ਧੰਨਵਾਦ ਜੀ। ਦੇਖੋ ਮੈਂ ਇੱਕੋ ਬੇਨਤੀ, ਇੱਕ ਖੜਿਆਲ ਸਾਹਿਬ ਨੂੰ ਮੇਰਾ ਵੀ ਕੁਐਸਚਨ ਹੈ, ਪਤਾ ਕੀ, 14 ਲੱਖ ਦੀ ਤੁਸੀਂ ਗੱਲ, ਨਹੀਂ ਨਹੀਂ ਮੈਂ ਤੁਹਾਨੂੰ ਦੱਸਣਾ, ਤੁਸੀਂ ਬੋਲਣਾ, ਮੈਂ ਇੰਟਰਪਟ ਨਹੀਂ ਕਰਨਾ ਚਾਹੁੰਦਾ, ਨਹੀਂ ਮੈਂ ਵੀ ਨਹੀਂ ਇੰਟਰਪਟ ਕਰ ਰਿਹਾ, ਮੈਂ ਤਾਂ ਪਹਿਲਾਂ ਹੀ ਬੋਲਿਆ, ਤੁਸੀਂ ਤਾਂ ਵਿੱਚ ਬੋਲੇ ਸੀ, ਮੈਂ ਬੇਨਤੀ ਕਰ ਰਿਹਾ, ਚਲੋ ਸਾਰਾ ਵਿੱਚ ਬੋਲ ਰਿਹਾ ਸੀ, 14 ਲੱਖ ਦਾ ਇਨਕਮ ਟੈਕਸ ਕਿਉਂ ਨਹੀਂ ਭਰਿਆ ਕਾਂਗਰਸ ਪਾਰਟੀ ਨੇ? ਹੁਣ ਮੈਂ ਦੱਸ ਦਿੰਦਾ ਜੀ ਖੜਿਆਲ ਸਾਹਿਬ, ਇੱਕ ਤਾਂ ਦੇਖੋ ਮੈਂ ਇਹਨਾਂ ਨੂੰ ਸਪੈਸਿਫਿਕ ਸਵਾਲ ਪੁੱਛਿਆ ਵੀ ਜਿੰਨੀ ਐਫੀਸ਼ੀਐਂਸੀ ਦੇ ਨਾਲ ਇੱਕ ਸਰਕਾਰ ਚੱਲ ਸਕਦੀ ਹੈ, ਨੋਰਮਲ ਸਰਕਾਰ ਕੀ ਓਨੀ ਐਫੀਸ਼ੀਐਂਸੀ ਦੇ ਨਾਲ ਜੇਲ੍ਹ ਦੇ ਵਿੱਚ ਉਹ ਚੱਲ ਸਕਦੀ ਹੈ? ਜਦੋਂ ਇਹਨਾਂ ਨੇ ਉਹਨੂੰ ਸ਼ਾਇਦ ਮਿਸ ਇੰਟਰਪ੍ਰੈਟ ਕਰ ਲਿਆ, ਮੈਂ ਕਲੈਰੀਫਾਈ ਕਰਨ ਲਈ ਇੰਟਰਪਟ ਕੀਤਾ ਸੀ, ਅਦਰਵਾਈਜ਼ ਆਈ ਡਿਡ ਨਾਟ ਮੀਨ ਟੂ, ਸੋ ਮੈਨੂੰ ਕਾਇੰਡਲੀ ਨਾ ਕਰੋ, ਉਹਨੇ ਮਜਬੂਰਨ ਮੈਨੂੰ ਕਰਨਾ ਪੈਣਾ ਅਗਲੇ ਰਾਉਂਡ 'ਚ, ਸੋ ਦੇਰਫੋਰ ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ, ਦੂਜੀ ਗੱਲ ਬੇਨਤੀ ਕਰ ਰਿਹਾ, ਸੁਣ ਲਓ, ਬਿਲਕੁਲ ਕਰ ਸਕਦੇ ਹੋ, ਬਹੁਤ ਵਧੀਆ ਕਰ ਸਕਦੇ ਹੋ, ਬਹੁਤ ਵਧੀਆ ਕਰ ਸਕਦੇ ਹੋ, ਆਮ ਆਦਮੀ ਪਾਰਟੀ ਦੀ ਐਕਸਪਰਟੀਜ਼ ਹੈ, ਸੁਣ ਲਓ ਅੱਗੇ, ਦੂਜੀ ਗੱਲ ਅਸੀਂ ਕਹਿ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਾਂ ਅਸੀਂ ਇੰਨੀ ਬੇਨਤੀ ਕਰ ਰਹੇ ਹਾਂ ਕਿ ਦਿੱਲੀ ਦੇ ਵਿੱਚ ਜੇ ਉਨੀ ਐਫੀਸ਼ੀਐਂਸੀ ਦੇ ਨਾਲ ਇੰਨੀ ਜੈਫੀ, ਮੈਂ ਕਹਿੰਦਾ ਬਿਲਕੁਲ ਬਹੁਤ ਵਧੀਆ ਕਰ ਸਕਦੇ ਹੋ, ਬਹੁਤ ਵਧੀਆ, ਨਹੀਂ ਨਹੀਂ ਮੈਂ ਦੋਨਾਂ ਨੂੰ ਕਹਿ ਰਿਹਾ, ਬਹੁਤ ਵਧੀਆ ਕਰ ਸਕਦੇ ਹੋ ਇੰਟਰਪਸ਼ਨ, ਆਮ ਆਦਮੀ ਪਾਰਟੀ, ਆਮ ਆਦਮੀ, ਮੈਂ ਤਾਂ ਤੁਹਾਨੂੰ ਕੰਗ੍ਰੈਚੁਲੇਟ ਕਰ ਰਿਹਾ, ਮੈਂ ਤਾਂ ਮੁਬਾਰਕਬਾਦ ਦੇ ਰਿਹਾ ਤੁਹਾਨੂੰ, ਬਹੁਤ ਵਧੀਆ ਇੰਟਰਪਟ ਕਰਦੇ ਹੋ, ਜ਼ਿਲ੍ਹਾ ਕਰ ਰਹੇ ਹੋ ਤੁਸੀਂ, ਹੋਰ ਥਾਵਾਂ ਤੇ ਵੀ ਇੰਟਰਪਟ ਕਰਦੇ ਹੋ, ਸਾਰੇ ਕਹਿ ਰਹੇ, ਚਲੋ ਕੋਈ ਨਾ, ਧੰਨਵਾਦ, ਕਾਹਦੇ ਵਾਸਤੇ ਕਰਨਾ ਆਪਣਾ ਪੁਆਇੰਟ ਰੱਖੋ, ਬਿਲਕੁਲ ਬਰਾਦਰ ਸਾਹਿਬ, ਸੋ ਮੈਂ ਤਾਂ ਇੱਕੋ ਗੱਲ ਕਹੂੰਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਤਾਂ ਆਸ਼ਵਾਸਨ ਦੇ ਦੇ, ਓਨੀ ਐਫੀਸ਼ੀਐਂਸੀ ਇਨਸ਼ੋਰ ਹੋ ਜੂ, ਉਹ ਆਸ਼ਵਾਸਨ ਨਹੀਂ ਮਿਲਿਆ। ਦੂਜਾ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਕਿ ਜੇ ਜੇਲ੍ਹ ਦੇ ਵਿੱਚ ਉਹ ਸਰਕਾਰ ਚਲਾਉਣਾ ਠੀਕ ਹੈ ਤਾਂ ਜੇਲ੍ਹਾਂ 'ਚੋਂ ਇੱਥੇ ਪੰਜਾਬ 'ਚ ਕੁਛ ਇੰਟਰਵਿਊ ਦਾ ਮਸਲਾ ਵੀ ਚੱਕਿਆ ਗਿਆ ਸੀਗਾ, ਅਤੇ ਉਹ ਕੀ ਠੀਕ ਹੈ ਜਾਂ ਉਹ ਗਲਤ ਹੈ ਉਹਦਾ ਜਵਾਬ ਨਹੀਂ ਇਹਨਾਂ ਨੇ ਦਿੱਤਾ। ਤੀਜਾ ਅਸੀਂ ਇਹਨਾਂ ਨੂੰ ਪੁੱਛਿਆ ਸੀਗਾ ਕਿ ਜਿਹੜੀ ਮਿਸਯੂਜੇਜ ਹੈ, ਹੁਣ ਏਜੰਸੀ ਦੀ ITD ਸੀਵੇ ਦੀ ਮਿਸਯੂਜ ਦੇਖੀਏ ਆਪਾਂ, ਲੇਕਿਨ ਏਜੰਸੀਆਂ ਦੀ ਮਿਸਯੂਜੇਜ ਦੁਰਉਪਯੋਗ ਪੰਜਾਬ ਦੇ ਵਿੱਚ ਵੀ ਦੇਖਿਆ ਗਿਆ ਬਰਾੜ ਸਾਹਿਬ, ਜਿੱਥੇ ਵਿਜੀਲੈਂਸ ਦਾ, ਪੁਲਿਸ ਦਾ ਦੁਰਉਪਯੋਗ ਕੀਤਾ ਜਾਂਦਾ, ਪਰਚੇ ਰਜਿਸਟਰ ਕੀਤੇ ਜਾਂਦੇ। ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਵੀ ਪੁੱਛੂਗਾ ਕਿ ਆਪਰੇਸ਼ਨ ਤੁਸੀਂ ਰੌਲਾ ਤਾਂ ਪਾ ਰਹੇ ਹੋ, ਇੱਕ ਆਪਰੇਸ਼ਨ ਲੋਟਸ ਦਾ ਪਰਚਾ ਪਹਿਲਾਂ ਵੀ ਹੋਇਆ ਸੀਗਾ, ਅੱਜ ਤੋਂ ਕੁਛ ਟਾਈਮ ਪਹਿਲਾਂ, ਸਾਲ ਦੇ ਨੇੜੇ ਤੇੜੇ ਹੋ ਗਿਆ, ਕਿਹੜਾ ਬੀਜੇਪੀ ਦਾ ਲੀਡਰ ਫੜ ਕੇ ਅੰਦਰ ਦਿੱਤਾ, ਇਹ ਵੀ ਦੱਸ ਦਿਓ। ਦੂਜਾ, ਆਮ ਆਦਮੀ ਪਾਰਟੀ ਦੀ ਸਰਕਾਰ ਇਹ ਗੱਲ ਦੱਸੇ ਕਿ ਜਦੋਂ ਤੁਸੀਂ ਪੋਲੀਟੀਕਲ ਵੈਂਡੇਟਾ ਕਰਦੇ ਹੋ ਪੰਜਾਬ ਦੇ ਵਿੱਚ, ਕਾਂਗਰਸ ਪਾਰਟੀ ਤੋਂ ਡਰਦੇ ਘਬਰਾਉਂਦੇ ਸਾਡੇ ਲੀਡਰਾਂ ਨੂੰ ਫੜ ਕੇ ਅੰਦਰ ਦੇਣ ਦੀ ਕੋਸ਼ਿਸ਼ ਕਰਦੇ ਹੋ, ਜਿਹੜਾ ਜੇ ਆਪਣਾ ਸਾਡੇ ਲੀਡਰਾਂ ਨੇ ਤਾਲਾ ਲਾਤਾ ਸੀਗਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਕਲੀਫ ਹੋ ਗਈ, ਫੜ ਕੇ ਅੰਦਰ ਦੇਤਾ, ਪਰਚਾ ਕਰਤਾ ਵਿਧਾਨ ਸਭਾ ਦੇ ਵਿੱਚ, ਮਾਨ ਸਾਹਿਬ ਆਪ ਤਾਲਾ ਪ੍ਰੈਜੈਂਟ ਕਰ ਰਹੇ ਸੀਗੇ, ਸੋ ਆਮ ਆਦਮੀ ਪਾਰਟੀ ਜਿਹੜੀ ਚੀਜ਼ ਦਾ ਆਲੋਚਨਾ ਕਰਦੀ ਹੈ, ਕ੍ਰਿਟੀਸਿਜ਼ਮ ਕਰਦੀ ਹੈ, ਉਹਨੂੰ ਆਪ ਨਾ ਕਰਿਆ ਕਰੇ। ਲਾਸਟ ਚੀਜ਼ ਬਰਾੜ ਸਾਹਿਬ, ਜਿਹੜੀ ਜ਼ਰੂਰੀ ਗੱਲ ਹੈ, ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੰਨੀ ਗੱਲ ਪੁੱਛਾਂਗੇ ਕਿ ਕੋਈ ਤੁਹਾਡੇ ਕੋਲ ਹੋਰ ਕੰਪੀਟੈਂਟ ਲੀਡਰ ਹੈ ਜੋ ਕੇਜਰੀਵਾਲ ਸਾਹਿਬ ਦੀ ਜਗ੍ਹਾ ਲੈ ਕੇ ਉੱਥੇ ਲੋਕਾਂ ਦੇ ਜਿਹੜੇ ਮੁੱਦੇ ਹੈ, ਕਿਸੇ ਦਾ ਫਰਜ਼ ਕਰੋ ਬਰਾੜ ਸਾਹਿਬ, ਜਿਹੜੇ ਲੋਕਾਂ ਦੇ ਮੁੱਦੇ ਹੁੰਦੇ ਨਾ, ਉਹ ਬਹੁਤ ਜ਼ਰੂਰੀ ਹੁੰਦੇ। ਕਿਸੇ ਦੇ ਘਰ 'ਚ ਹੋ ਸਕਦਾ ਚੂਲ੍ਹਾ ਨਾ ਚੱਲ ਰਿਹਾ ਹੋਵੇ, ਕਿਸੇ ਦਾ ਘਰ ਢਹਿ ਗਿਆ ਹੋਵੇ,
ਕਿਸੇ ਦੀ ਬੜੀ ਮਜਬੂਰੀ ਹੋਵੇ, ਕੋਈ ਮੈਡੀਕਲ ਐਮਰਜੈਂਸੀ ਹੋਵੇ, ਉਹ ਸਾਰਾ ਕੁਛ ਰੁਕ ਜਾਂਦਾ ਜੇ ਚੀਫ ਮਿਨਿਸਟਰ ਇਜ਼ ਨਾਟ ਦੇਅਰ। ਤੇ ਜੇਲ੍ਹ ਦੇ ਵਿੱਚ ਐਕਸੈਸ ਹੈ ਨਹੀਂ ਲੋਕਾਂ ਕੋਲੇ, ਲੋਕ ਜਿਹੜੀ ਚੀਜ਼ ਇੱਕ ਨਾਰਮਲ ਮੁੱਖ ਮੰਤਰੀ ਤੋਂ ਲੈ ਸਕਦੇ ਆ। ਬਿਲਕੁਲ 100% ਤੇ ਪਾਸੀ ਸਾਹਿਬ ਨੇ ਜਿਹੜੀ ਗੱਲ ਕਹੀ, ਇਹ ਕਹਿੰਦੇ ਸੀਗੇ ਵੀ ਸਟੇਟ ਦੇ ਵਿੱਚ, ਜੋ ਤੁਸੀਂ ਬਰਾੜ ਸਾਹਿਬ ਸਵਾਲ ਪੁੱਛਿਆ, ਤੇ ਕਹਿੰਦੇ ਵੀ ਸਟੇਟ ਦੇ ਵਿੱਚ ਤਾਂ ਹੈ ਹੀ ਨਹੀਂ, ਉਹ ਦਿੱਲੀ ਦੇ ਵਿੱਚ ਹੀ ਨੇ, ਯੂਟੀ ਦੇ ਵਿੱਚ ਨੇ। ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸੇ ਵੀ ਹਾਊ ਇਜ਼ ਇਟ ਸਟਿਲ ਐਫੀਸ਼ੀਐਂਟ, ਕਿਉਂਕਿ ਨੋਰਮਲ ਜੇ ਮੁੱਖ ਮੰਤਰੀ ਹੈ ਬਰਾੜ ਸਾਹਿਬ, ਉਹ ਹਰੇਕ ਥਾਂ ਜਾ ਸਕਦਾ, ਜਾਇਜ਼ਾ ਲੈ ਸਕਦਾ, ਠੀਕ ਹੈ, ਜਾਇਜ਼ਾ ਲੈ ਕੇ ਤੇ ਤੁਰੰਤ ਉੱਥੇ ਐਕਸ਼ਨ ਆਰਡਰ ਕਰ ਸਕਦਾ। ਕੇਜਰੀਵਾਲ ਸਾਹਿਬ ਤਾਂ ਜਾਇਜ਼ਾ ਵੀ ਨਹੀਂ ਲੈ ਸਕਣਗੇ, ਗੱਲ ਕਰਨਾ ਤਾਂ ਦੂਰ ਦੀ ਗੱਲ, ਸਲਿਊਸ਼ਨ ਭਰਨਾ ਤਾਂ ਬਹੁਤ ਵੀ ਦੂਰ ਦੀ ਗੱਲ। ਤੇ ਲਾਸਟ ਚੀਜ਼ ਜਿਹੜੀ ਅਸੀਂ ਕਹਿੰਦੇ ਹਾਂ, ਮੈਂ ਮੁਬਾਰਕਬਾਦ ਦਊਂਗਾ ਪਾਸ ਸਾਹਿਬ ਨੂੰ, ਇਹ ਕਹਿੰਦੇ ਅਸੀਂ ਇੰਟਰਪਟ ਕਰ ਸਕਦੇ, ਬਿਲਕੁਲ ਕਰ ਸਕਦੇ ਹੋ ਪਾਸ ਸਾਹਿਬ, ਆਮ ਆਦਮੀ ਪਾਰਟੀ ਦੀ ਐਕਸਪਰਟੀਜ਼ ਹੈ, ਤੁਸੀਂ ਇੰਟਰਪਟ ਹੀ ਕਰ ਸਕਦੇ ਹੋ, ਡਿਬੇਟ ਨਹੀਂ ਕਰ ਸਕਦੇ, ਚਰਚਾ ਨਹੀਂ ਕਰ ਸਕਦੇ। ਜਵਾਬ ਸੁਣੋ, ਤੱਥ ਹੈ ਮੈਡਮ ਮੈਂ ਆਪ ਵਾਲਿਆਂ ਨੂੰ ਪੁੱਛਣਾ ਚਾਹਾਂਗੀ ਜੀ ਕਿ ਇਹ ਪਹਿਲੀ ਵਾਰੀ ਹੋਇਆ ਹੈ ਕਿ ਇੱਕ ਚੀਫ ਮਿਨਿਸਟਰ ਜੇਲ੍ਹ ਦੇ ਵਿੱਚ ਨੇ ਔਰ ਉਹ ਆਪਣੀ ਸਰਕਾਰ ਉੱਥੋਂ ਚਲਾਉਣਾ ਚਾਹੁੰਦੇ ਨੇ। ਇੱਕ ਮੋਰਲ ਔਰ ਇੱਕ ਐਥੀਕਲ ਡਿਊਟੀ ਹੁੰਦੀ ਹੈ, ਐਥੀਕਲ ਡਿਊਟੀ ਹੁੰਦੀ ਹੈ। ਤੁਸੀਂ ਦੇਖੋ ਹਿੰਮਤ ਸੋਰੇਨ, ਉਹਨਾਂ ਨੇ ਰਿਜ਼ਾਈਨ ਕੀਤਾ ਕਿ ਨਹੀਂ ਕੀਤਾ? ਜਦੋਂ ਈਡੀ ਨੇ ਉਹਨਾਂ ਨੂੰ ਸਾਮਨ ਭੇਜੇ ਤੇ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਥੋੜਾ ਜਿਹਾ ਵਕਤ ਦਿੱਤਾ ਜਾਏ, ਮੈਂ ਰਿਜ਼ਾਈਨ ਕਰਕੇ ਤੇ ਫਿਰ ਮੈਂ ਪੇਸ਼ ਹੋਵਾਂਗੇ। ਇੱਕ ਡਿਗਨਿਟੀ ਹੁੰਦੀ ਹੈ ਜਮਹੂਰੀਅਤ ਦੇ ਵਿੱਚ, ਇੱਕ ਡਿਗਨਿਟੀ ਹੁੰਦੀ ਹੈ, ਔਰ ਆਪ ਸ਼ਾਇਦ ਉਸ ਡਿਗਨਿਟੀ ਔਰ ਉਹ ਬਾਹਰ ਨੂੰ ਮਹਿਸੂਸ ਹੀ ਨਹੀਂ ਕਰਦੀ। ਤੁਹਾਨੂੰ ਠੀਕ ਹੈ, ਵੋਟਾਂ ਪਾਈਆਂ ਲੋਕਾਂ ਨੇ, ਲੋਕਾਂ ਨੇ ਤੁਹਾਨੂੰ ਬਹੁਤ ਵੋਟਾਂ ਪਾਈਆਂ ਦਿੱਲੀ ਦੇ ਵਿੱਚ, ਬੜਾ ਮਾਣ ਔਰ ਇੱਜ਼ਤ ਦਿੱਤਾ, ਪਰ ਉਹ ਮਾਣ ਔਰ ਇੱਜ਼ਤ ਤੁਸੀਂ ਜਮਹੂਰੀਅਤ ਦਾ ਰੱਖਣਾ ਹੈ, ਤੁਸੀਂ ਖੁਦ ਰਿਜ਼ਾਈਨ ਕਰਨਾ ਹੈ। ਤੁਹਾਡੇ ਕੋਲ ਆਪ ਵਾਲਿਆਂ ਕੋਲ MLA ਹੈਗੇ ਨੇ ਜਿਹੜੇ ਕਿ ਚੀਫ ਮਿਨਿਸਟਰ ਬਣ ਸਕਦੇ ਨੇ, ਪਰ ਕੇਜਰੀਵਾਲ ਸਾਹਿਬ ਆਪ ਇੰਨੇ ਇਨਸਿਕਿਓਰ ਨੇ ਕਿ ਉਹ ਚਾਹੁੰਦੇ ਨੇ ਔਰ ਉਹ ਡਰਦੇ ਨੇ ਹਰ ਆਪਣੇ ਇੱਕ MLA ਕੋ ਔਰ ਮਿਨਿਸਟਰ ਕੋ, ਇਸ ਕਰਕੇ ਉਹ ਰਿਜ਼ਾਈਨ ਨਹੀਂ ਕਰ ਰਹੇ, ਇਸ ਕਰਕੇ ਉਹ ਕੋਈ ਚੀਫ ਮਿਨਿਸਟਰ ਅਪੁਆਇੰਟ ਨਹੀਂ ਕਰ ਰਿਹਾ। ਨਹੀਂ, ਇਸ ਦੇ ਨਾਲ ਹੀ ਮੇਰਾ ਸਵਾਲ ਇੱਕ ਹੋਰ ਹੈ, ਸਰਕਾਰ ਕਿਵੇਂ ਚੱਲੇਗੀ? ਮੇਰਾ ਕਿ ਮਿਸਿਸ ਕੇਜਰੀਵਾਲ ਰੋਜ਼ ਚਿੱਠੀਆਂ ਲੈ ਕੇ ਜਾਣਗੇ, ਸੁਪਰਿਟੈਂਡੈਂਟ ਪੁਲਿਸ, ਜਿਵੇਂ ਤੁਸੀਂ ਕਿਹਾ ਕਿ ਜੇਲ੍ਹ ਮੈਨੂਅਲ ਹੁੰਦਾ, ਕਿ ਆਪ ਲਈ ਜੇਲ੍ਹ ਮੈਨੂਅਲ ਹਿੰਦੁਸਤਾਨ ਦਾ ਬਦਲਿਆ ਜਾਏਗਾ, ਕਿ ਸਾਰੇ ਕਾਨੂੰਨ ਬਦਲੇ ਜਾਣਗੇ ਕੇਜਰੀਵਾਲ ਲਈ? ਇਹ ਕੋਈ ਤਮਾਸ਼ਾ ਹੈ? ਇਹ ਡੈਮੋਕਰੇਸੀ ਹੈ? ਨਹੀਂ, ਮੇਰਾ ਇਹਦੇ ਨਾਲ ਹੀ ਸਵਾਲ ਇਹ ਹੈ ਮੈਡਮ ਕਿ ਬੀਜੇਪੀ ਲਗਾਤਾਰ ਇਹ ਕਹਿ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਅਸਤੀਫਾ ਦੇਣ, ਪਹਿਲੇ ਦਿਨ ਤੋਂ ਹੀ ਇਹ ਗੱਲ ਸ਼ੁਰੂ ਹੋ ਗਈ ਸੀ। ਸਵਾਲ ਛੱਡ ਦਿਓ, ਕੋਈ ਜਵਾਬ ਵੀ ਦਿਓ, ਸਵਾਲ ਛੱਡ ਛੱਡੋ, ਮਿਸਲੀਡ ਨਾ ਕਰੋ ਲੋਕਾਂ ਨੂੰ, ਮਿਸਲੀਡ ਨਾ ਕਰੋ ਲੋਕਾਂ ਨੂੰ। ਨਹੀਂ, ਮੈਂ ਤਾਂ ਤੁਹਾਨੂੰ ਸਵਾਲ ਪੁੱਛ ਰਿਹਾ ਜੀ, ਮੈਂ ਕਹਿੰਦਾ ਮਿਸਲੀਡ ਕਰਨਾ, ਮੈਂ ਤਾਂ ਸਵਾਲ ਪੁੱਛ ਰਿਹਾ ਤੁਹਾਨੂੰ, ਜੋ ਇਲਜ਼ਾਮ ਤਰਾਸ਼ੀਆਂ ਹੋਈਆਂ ਨੇ ਅੱਜ ਕੇ ਪਹਿਲੇ ਦਿਨ ਤੋਂ ਅਰਵਿੰਦ ਕੇਜਰੀਵਾਲ ਹੋਰਾਂ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ, 70 ਦੇ ਵਿੱਚੋਂ 62 ਕੇਜਰੀਵਾਲ ਸਾਹਿਬ ਜੇਲ੍ਹ 'ਚ ਹੈਗੇ ਨੇ ਇਸ ਵੇਲੇ ਕਿ ਨਹੀਂ? ਤੁਸੀਂ ਮੈਨੂੰ ਇਹ ਦੱਸੋ ਕਿ ਕੇਜਰੀਵਾਲ ਸਾਹਿਬ ਜੇਲ੍ਹ 'ਚ ਹੈਗੇ ਨੇ ਇਸ ਵੇਲੇ ਕਿ ਨਹੀਂ? ਜੇ ਉਹ ਜੇਲ੍ਹ 'ਚ ਨੇ ਤੇ ਉਹਨਾਂ ਨੂੰ ਚੀਫ ਮਿਨਿਸਟਰ ਰਿਟੇਨ ਕਰਨਾ ਚਾਹੀਦਾ? ਬਿਲਕੁਲ ਨਹੀਂ। ਉਹਨਾਂ ਦੀ ਕੋਈ ਮੋਰਲ ਔਰ ਐਥੀਕਲ ਰਿਸਪੋਂਸਿਬਿਲਿਟੀ ਬਣਦੀ ਹੈ ਟੂਵਰਡਸ ਦ ਵੋਟਰਸ ਟੂ ਰਿਜ਼ਾਈਨ? ਪਾਸੀ ਸਾਹਿਬ ਜਵਾਬ ਦਿਓ। ਬਿਲਕੁਲ, ਪਹਿਲਾਂ ਤਾਂ ਮੈਂ ਜਵਾਬ ਦਿੰਦਾ ਜੀ, ਇੱਕ ਸੈਕਿੰਡ ਤਾਰਨੀ ਸਾਹਿਬ,
ਪਾਸੀ ਸਾਹਿਬ ਦਾ ਜਵਾਬ ਜ਼ਿਆਦਾ ਜ਼ਰੂਰੀ ਹੈ। ਬਿਲਕੁਲ, ਪਹਿਲਾਂ ਤਾਂ ਮੈਂ ਖੰਡਿਆਲ ਸਾਹਿਬ ਦੀ ਗੱਲ ਦਾ ਜਵਾਬ ਦੇ ਦਿਆਂ ਕਿ ਖੰਡਿਆਲ ਸਾਹਿਬ ਦੂਜਿਆਂ ਨੂੰ ਇੰਟਰਪ੍ਟ ਕਰਦਾ, ਇਹਨਾਂ ਦੀ ਪਾਲਿਸੀ ਸੀ ਵੈਸੇ, ਫਿਰ ਸ਼ੁਰੂ ਹੋ ਗਿਆ ਜੀ ਇੰਟਰਪ੍ਟ, ਪਾਲਿਸੀ ਸੀਗੀ ਕਿ ਨਹੀਂ ਸੀਗੀ ਖੰਡਿਆਲ ਸਾਹਿਬ, ਤੁਹਾਡੀ ਪਾਲਿਸੀ ਹੈ, ਇੰਨੀ ਗੱਲ ਦੱਸ ਦੋ ਤੁਹਾਡੀ ਪਾਲਿਸੀ ਸੀਗੀ ਕਿ ਨਹੀਂ ਸੀ, ਔਰ ਦੂਜਾ ਸੁਣ ਲਓ, ਇਹ ਸੁਣ ਲਓ, ਇਹਨਾਂ ਦੇ ਜਿੰਨੇ ਕਿਸੇ ਲੀਡਰ ਤੇ ਕੇਸ ਹੋ ਗਿਆ ਤੁਸੀਂ ਨਹੀਂ ਕਿਹਾ ਸੀਗਾ ਵੀ ਰਿਜ਼ਾਈਨ ਕਰੂਗਾ, ਇਲਜ਼ਾਮ ਲੱਗਦੇ ਰਹੇ ਬਰਾੜ ਸਾਹਿਬ, ਇਹਨਾਂ ਦੀ ਪਾਲਿਸੀ ਸੀ ਗੱਲ ਕਰ ਲੈਣ ਦਿਓ, ਖੰਡਿਆਲ ਸਾਹਿਬ ਕੋਈ ਕਰਪਸ਼ਨ ਕੇਸ ਹੈ ਤੁਸੀਂ ਜਵਾਬ ਦੇ ਲਿਓ, ਤੁਸੀਂ ਜਵਾਬ ਦੇ ਲਿਓ, ਖੰਡਿਆਲ ਸਾਹਿਬ ਐਵੇਂ ਸਮਝ ਨਹੀਂ ਆਉਣੀ, ਤੁਸੀਂ ਇਕੱਲੇ ਜਵਾਬ ਦਿਓ, ਇੱਕ ਸੈਕਿੰਡ ਪਾਸ ਸਾਹਿਬ, ਤੁਸੀਂ ਇਕੱਲੇ ਜਵਾਬ ਦਿਓ ਖੰਡਿਆਲ ਸਾਹਿਬ, ਉਹਨਾਂ ਨੂੰ ਗੱਲ ਕਰ ਲੈਣ ਦਿਓ, ਉਸ ਤੋਂ ਬਾਅਦ ਜਵਾਬ ਦੇ ਦਿਓ, ਮੇਰਾ ਇੱਕੋ ਲਾਈਨ ਹੈ ਵੀ ਇਹਨਾਂ ਦੀ ਪਾਲਿਸੀ ਸੀ ਵੀ ਜੇ ਕੇਸ ਹੋਇਆ ਤੇ ਅਸੀਂ ਰਿਜ਼ਾਈਨ ਕਰਾਂਗੇ, ਹੁਣ ਬਦਲ ਕੋਈ ਨਹੀਂ, ਬਿਲਕੁਲ ਆਪਣੇ ਕੋਲੇ ਇੱਥੇ ਹੀ ਸਮਾਂ ਖਤਮ ਹੋ ਜਾਣਾ, ਜਵਾਬ ਸੁਣੋ ਹੁਣ, ਇਹਨਾਂ ਦੇ ਜਿੰਨੇ ਲੀਡਰ ਸੀਗੇ ਜਿਹੜੇ ਵਿਜੀਲੈਂਸ ਨੇ ਚੱਕੇ ਹੈ, ਇਹਨਾਂ ਦੀ ਸਰਕਾਰ ਸਮੇਂ ਇਹਨਾਂ ਦੇ ਹੀ ਲੀਡਰ ਸ਼ੋਰ ਮਚਾਉਂਦੇ ਸੀ ਜਾਂ ਕਰਪਸ਼ਨ ਕਰ ਰਹੇ ਹੈ, ਸੁੰਦਰ ਸਾਹਿਬ ਅਰੋੜਾ ਜੀ ਦਾ ਕਿਆ ਇਲਜ਼ਾਮ ਲੱਗਿਆ ਸੀ, ਆਪ ਹੀ ਕਹਿੰਦੇ ਪੈਸੇ ਲੈ ਕੇ ਪਾਲਿਸੀ ਦਾ ਦੱਸ ਦਿਓ, ਇਹਨਾਂ ਦੇ ਚੀਫ ਮਿਨਿਸਟਰ ਨੇ ਹਰਵਾਈ ਰਿਜ਼ਾਈਨ ਕਰਨ ਦੀ ਪਾਲਿਸੀ ਬਦਲ ਦਿੱਤੀ, ਇਹਨਾਂ ਦੇ ਸਕਾਲਰਸ਼ਿਪ ਸਕੈਮ ਤੇ, ਇਹਨਾਂ ਦੇ ਖਹਿਰਾ ਸਾਹਿਬ ਕੀ ਕੁਝ ਕਹਿ ਰਹੇ ਸੀ, ਇਹਨਾਂ ਦੇ ਲੀਡਰ ਉਹ ਚੱਕੇ ਗਏ ਜਿਨ੍ਹਾਂ ਦੇ ਇਹਨਾਂ ਦੇ ਹੀ ਲੀਡਰਾਂ ਨੇ ਵੀ ਕਰਪਸ਼ਨ ਦਾ ਇਲਜ਼ਾਮ ਲਾਇਆ ਸੀ। ਦੂਸਰੀ ਸੁਣ ਲਓ ਹੁਣ, ਸਿਸੋਦੀਆ ਸਾਹਿਬ ਨੇ ਗਲਤ ਕੀਤਾ, ਪਿਆਰ ਕਵਰ ਨਹੀਂ ਹੋਇਆ ਤੁਹਾਡੇ ਤਾਂ ਚੰਨੀ ਜੀ ਦੇ ਭਾਂਜੇ ਤੋਂ, ਮੈਂ ਤਾਂ ਦੱਸੋ ਕਰੋੜਾਂ ਰੁਪਿਆ ਕਵਰ ਹੋ ਗਿਆ ਸੀ, ਕੇਜਰੀਵਾਲ ਦੇ ਨੈਫਿਊ ਤੋਂ ਹੋਇਆ ਸੀਗਾ, ਕਰਪਸ਼ਨ ਕਰ ਰਹੇ ਹੋ, ਕੇਜਰੀਵਾਲ ਸਾਹਿਬ ਦੇ ਨੈਫਿਊ ਦੇ ਕੇਸ ਹੋਇਆ ਸੀਗਾ, ਆਦਤ ਹੈ ਇਹਨੂੰ ਸੁਧਾਰੋ, ਕੇਜਰੀਵਾਲ ਸਾਹਿਬ ਦੇ ਨੈਫਿਊ ਦੇ ਕੇਸ ਹੋਇਆ ਸੀਗਾ, ਸੁਧਾਰੋ ਤੁਹਾਨੂੰ ਆਪਦੀ ਆਦਤਾਂ ਸਾਰੀਆਂ ਸੁਧਾਰਨੀਆਂ ਚਾਹੀਦੀਆਂ, ਡਿਬੇਟ ਸਟਾਈਲ ਸੁਧਾਰਨਾ ਚਾਹੀਦਾ ਹੈ, ਬੋਲਣਾ ਸੁਧਾਰਨਾ ਚਾਹੀਦਾ ਹੈ, ਬੋਲਣ ਦੀ ਡਿਬੇਟ ਸਾਰਾ ਸਿੱਖਣਾ ਚਾਹੀਦਾ ਹੈ, ਉਹਨੇ ਤਾਂ ਸਿਖਾਇਆ ਸੀ, ਇੱਕ ਸੈਕਿੰਡ ਮੇਰਾ ਪਾਸੀ ਸਾਹਿਬ ਤੇ ਖੜਿਆਲ ਸਾਹਿਬ ਦੋਨਾਂ ਨੂੰ ਇਹ ਮੇਰੀ ਅਰਜ਼ ਹੈ, ਮੇਰੀ ਗੱਲ ਸੁਣ ਲਓ ਫਿਰ ਤੁਸੀਂ ਬੋਲਿਓ, ਕੱਲ ਦਿੱਲੀ ਦੇ ਵਿੱਚ ਰੈਲੀ ਹੋ ਰਹੀ ਸੀ, ਸਾਰੇ ਲੀਡਰ ਇੱਕ ਇੱਕ ਕਰਕੇ ਹੀ ਬੋਲੇ ਨਾ, ਆਮ ਆਦਮੀ ਪਾਰਟੀ ਦੇ ਵੀ ਤੇ ਕਾਂਗਰਸ ਦੇ ਵੀ ਇੱਕੋ ਹੀ ਸਟੇਜ ਤੇ ਬੈਠੇ ਸੀ ਨਾ ਇਕੱਠੇ, ਤਾਂ ਤੁਸੀਂ ਇੱਥੇ ਇੱਕ ਇੱਕ ਕਰਕੇ ਬੋਲੋ ਕੀ ਹਰਜਾ ਲੜਨਾ, ਫਿਰ ਇੱਥੇ ਵੀ ਬੋਲੋ, ਉਹ ਧਾਰਨੀ ਸਾਹਿਬ ਕੁਛ ਐਡ ਕਰਨਾ ਚਾਹ ਰਹੇ ਆ, ਫਿਰ ਚਲੋ ਮੈਂ ਧਾਰਨੀ ਸਾਹਿਬ ਕੋਲ ਚਲਾ ਜਾਂਦਾ, ਰਿਜ਼ਾਈਨ ਕਰਨ ਦੀ ਪਾਲਿਸੀ ਬਦਲ ਦਿੱਤੀ ਆਪਣੇ, ਆਪਨੇ ਰਿਜ਼ਾਈਨ ਕਰਨ ਦੀ ਪਾਲਿਸੀ, ਇੱਕ ਸੈਕਿੰਡ ਮੈਡਮ ਮੈਂ ਆ ਰਿਹਾ ਹਾਂ, ਬਰਾੜ ਸਾਹਿਬ ਇੱਕ ਸੈਕਿੰਡ, ਧਾਰਨੀ ਸਾਹਿਬ ਕੁਛ ਐਡ ਕਰਨਾ ਚਾਹ, ਧਾਰਨੀ ਸਾਹਿਬ ਰਿਜ਼ਾਈਨ ਕਰਨ ਦੀ ਗੱਲ ਕਰਨਾ ਚਾਹ, ਬੱਚੇ ਵਾਲੀ ਗੱਲਾਂ ਕਰ ਰਹੇ ਹਾਂ, ਸਮਾਂ ਖਤਮ ਹੋ ਜਾਣਾ, ਫਿਰ ਸਮਾਂ ਖਤਮ ਹੋ ਜਾਣਾ, ਬਰਾੜ ਸਾਹਿਬ ਨੇ ਬਰਾੜ ਸਾਹਿਬ ਦਾ ਬੱਚਾ ਨਹੀਂ ਹੋਇਆ, ਨਿਆਣੇ ਦੀ ਤਰ੍ਹਾਂ ਇੰਟਰਪਸ਼ਨ, ਨਿਆਣੇ ਦੀ ਤਰ੍ਹਾਂ ਰੋਲ ਕਰਦੇ ਹੋ, ਨਿਆਣੇ ਦੀ ਤਰ੍ਹਾਂ ਬਰਾੜ ਸਾਹਿਬ ਬਣਿਆ ਬੈਠਾ, ਨਿਆਣੇ ਦੀ ਤਰ੍ਹਾਂ ਦੇਖੋ ਤੁਸੀਂ ਦੋਨੋਂ ਐਡਵੋਕੇਟ, ਦੇਖੋ ਤੁਸੀਂ ਦੋਨੋਂ ਐਡਵੋਕੇਟ ਹੋ, ਕੋਰਟ ਦੇ ਵਿੱਚ ਤੇ ਚੱਲ ਜਾਂਦਾ, ਇੱਕ ਸੈਕਿੰਡ ਪਾਸੀ ਸਾਹਿਬ, ਕੋਰਟ ਦੇ ਵਿੱਚ ਤੇ ਚੱਲ ਜਾਂਦਾ, ਇੱਥੇ ਤੇ ਆਪਾਂ ਜੇ ਆਪਦੀ ਗੱਲ ਨਾ ਸਮਝਾ ਪਾਵਾਂਗੇ ਤਾਂ ਫਿਰ ਕਿਵੇਂ ਚੱਲ, ਬਿਲਕੁਲ ਧਾਰਨੀ ਸਾਹਿਬ ਨੂੰ ਕੁਛ ਐਡ ਕਰ ਲੈਣ ਤੋਂ ਮੁੜ ਕੇ ਸਮਾਂ ਖਤਮ ਹੋ ਜਾਣਾ, ਬਰਾੜ ਸਾਹਿਬ ਇੱਕ ਟਰਮ ਦੇ ਵਿੱਚ ਮੇਰੇ ਕੋਲ ਸਮਾਂ ਖਤਮ ਹੋ ਜਾਣਾ, ਘੱਟੋ ਘੱਟ ਫੇਰ ਗੱਲ ਕਰੋ, ਚਲੋ ਇਹ ਤੁਹਾਡੀ ਆਪਣੀ ਵੀ ਥੋੜੀ ਬਹੁਤ ਕਹਿੰਦੇ ਜਿਹੜੇ ਸਪੋਕਸਪਰਸਨ ਹੁੰਦੇ ਆ ਉਹਨਾਂ ਦੀ ਅੰਡਰਸਟੈਂਡਿੰਗ ਹੋ ਜਾਂਦੀ ਹੈ ਕਿ ਤੁਸੀਂ ਘੱਟੋ ਘੱਟ ਕੀ ਨੇ ਬੋਲਣਾ ਕਿ ਨਹੀਂ ਬੋਲਣਾ, ਅਸੀਂ ਚਾਹੁੰਦੇ ਆ ਵੀ ਇਹ ਬਚਪਨਾ ਛੱਡ ਕੇ ਇੰਟਰਪਸ਼ਨ ਬੰਦ ਕਰ ਦੇਈਏ, ਧਾਰਨੀ ਸਾਹਿਬ ਇੱਕ ਸੈਕਿੰਡ ਮੈਡਮ ਵੀ ਕੁਛ ਐਡ ਕਰਨਾ ਚਾਹ ਰਹੇ, ਧਾਰਨੀ ਸਾਹਿਬ, ਧਾਰਨੀ ਸਾਹਿਬ ਪਲੀਜ਼ ਕਹੋ ਆਪਣੀ ਗੱਲ ਫਟਾਫਟ, ਮੈਂ ਕੋਈ ਸਮਾਂ ਨਹੀਂ, ਇਹਨਾਂ ਦੋਵਾਂ ਮੇਰੇ ਭਰਾਵਾਂ ਦੇ ਖਾਨੇ ਬਦਲ ਦੋ, ਇਹ ਦੂਏ ਪਾਸੇ ਤੇ ਬੋਲਣਾ ਸ਼ੁਰੂ ਹੋ ਜਾਣਗੇ, ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ, ਚੱਲ ਜਾਂਦਾ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ, ਪਲੀਜ਼ ਤੁਸੀਂ ਕੀ ਕਹਿਣਾ ਚਾਹ ਰਹੇ ਸੀ, ਹਾਂ ਇੱਕ ਵਕੀਲ ਸਾਹਿਬ ਬਹਿਸ ਕਰ ਰਹੇ ਸੀ ਸਾਡੇ, ਉਹਨਾਂ ਨੇ ਦੂਸਰੀ ਪਾਰਟੀ ਵੱਲੋਂ ਬਹਿਸ ਕਰਤੀ, ਮੁਨਸ਼ੀ ਨੇ ਆ ਕੇ ਦੱਸਿਆ ਕਿ ਆਪਾਂ ਤਾਂ ਜੀ ਦੂਏ ਦੇ ਵਕੀਲ ਹੈ, ਉਹ ਜਦੇ ਚੇਂਜ ਕਰਕੇ ਕਹਿੰਦਾ ਜੱਜ ਸਾਹਿਬ ਨੂੰ, ਕਹਿੰਦਾ ਜਨਾਬ ਇਹ ਬਹਿਸ ਮੇਰੇ ਫਾਜ਼ਲ ਦੋਸਤ ਕੀ ਥੀ, ਅਬ ਮੈਂ ਆਪਣੀ ਸ਼ੁਰੂ ਕਰਤਾ ਹੂੰ,
ਇਹਨਾਂ ਦੇ ਖਾਨੇ ਬਦਲ ਦੋ, ਇਹਨਾਂ ਨੇ ਦੂਏ ਪਾਸੇ ਨੂੰ ਬੋਲਣ ਲੱਗ ਜਾਣਾ। ਹੁਣ ਰਹਿ ਗਈ ਮੈਡਮ ਦੀ ਗੱਲ, ਮੈਡਮ ਨੇ ਇੱਕ ਮੈਨੂਅਲ ਦੀ ਗੱਲ ਕੀਤੀ। ਦੇਖੋ ਮੈਂ ਤੁਹਾਨੂੰ ਓਨੈਸਟਲੀ ਦੱਸਾਂ ਕਿ ਜਿਹੜਾ ਜੇਲ੍ਹ ਮੈਨੂਅਲ ਹੋਇਆ ਕਰਦਾ ਉਹ ਸਟੇਟ ਦੀ ਉਹ ਹੋਇਆ ਕਰਦੀ ਹੈਗੀ ਆ। ਜਦੋਂ ਸਟੇਟ ਦੇ ਵਿੱਚ ਜਦੋਂ ਬਾਬਾ ਰਾਮ ਉਹਦੀ ਸੌਦੇ ਸਾਧ ਦੀ ਜਿਹੜੀ ਪਰੋਲ ਬਦਲਣ ਵਾਲੀਆਂ ਗੱਲਾਂ ਸੀ ਉਦੋਂ ਜੇਲ੍ਹ ਮੈਨੂਅਲ ਦੇ ਵਿੱਚ ਵੀ ਅਮੈਂਡਮੈਂਟਾਂ ਕੀਤੀਆਂ ਗਈਆਂ। ਸੋ ਇਹ ਜਿਹੜੇ ਪਾਵਰਫੁਲ ਲੋਕ ਹੈ ਨਾ, ਇਹ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ, ਆਪਣੇ ਆਪ ਨੂੰ ਬਚਾਉਣ ਵਾਸਤੇ, ਤੁਹਾਨੂੰ ਕੀ ਲੱਗਦਾ ਵੀ ਜੇਲ੍ਹ ਮੈਨੂਅਲ ਨਹੀਂ ਬਦਲ ਸਕਦਾ? ਹੁਣ ਤੱਕ ਜਿਹੜੇ ਕਿਸਾਨਾਂ ਦੇ ਕੇਸ ਸੀ ਉਹਨਾਂ ਦੇ ਵਿੱਚ ਇਹ ਕਹਿੰਦੇ ਸੀ ਕਿ ਅਸੀਂ ਕਿਸਾਨਾਂ ਦੇ ਜਿਹੜੇ ਪਹਿਲਾਂ ਧਰਨਾ ਲੱਗਿਆ ਸੀ ਕਿ ਅਸੀਂ ਕਿਸਾਨਾਂ ਦੇ ਬਹੁਤ ਪੱਖੀ ਹੈਗੇ, ਕਿਹੜੇ ਕਿਸਾਨ ਦਾ ਇਹਨਾਂ ਨੇ ਜਿਹੜਾ ਹੈਗਾ ਸੀ ਉੱਤੇ। ਚਲੋ ਮੈਡਮ ਕੁਝ ਐਡ ਕਰਨਾ ਚਾਹ ਰਹੇ ਨੇ ਮੈਡਮ ਜੈਸਮੀਨ। ਸੋ ਇਹ ਨਾ ਸਾਰਾ ਕੁਝ ਜਿਹੜਾ ਹੈਗਾ ਇਹ ਆਪਣੇ ਕੋਲੇ ਆਖਰੀ 2-3 ਮਿੰਟ ਨੇ ਸਾਰੀ ਸਾਹਿਬ, ਮੈਡਮ ਕੁਝ ਐਡ ਕਰਨਾ ਚਾਹ ਰਹੇ ਨੇ? ਜੀ ਮੈਡਮ, ਅਸੀਂ ਸਭ ਤੋਂ ਵੱਡੇ ਮੁੱਦੇ ਤੋਂ ਦੂਰ ਹੋ ਕੇ ਇੱਕ ਆਪਸ 'ਚ ਬਹਿਸ ਕਰ ਰਹੇ ਹਾਂ। ਇੱਕ ਚੀਫ ਮਿਨਿਸਟਰ, ਇਲੈਕਟਡ ਚੀਫ ਮਿਨਿਸਟਰ ਇਸ ਵੇਲੇ ਜੇਲ੍ਹ 'ਚ ਨੇ, ਔਰ ਇੱਕ ਮੋਰਲ ਔਰ ਐਥੀਕਲ ਪ੍ਰਿੰਸੀਪਲਸ ਹੁੰਦੇ ਨੇ ਸਿਆਸਤ ਦੇ ਵਿੱਚ ਵੀ, ਉਹ ਔਰ ਇਸ ਵੇਲੇ ਇੱਕ ਬਹੁਤ ਹਿਸਟੋਰਿਕ ਸਿਚੁਏਸ਼ਨ ਬਣੀ ਹੋਈ ਹੈ ਕਿ ਜਿੱਥੇ ਇੱਕ ਚੀਫ ਮਿਨਿਸਟਰ ਜੇਲ੍ਹ 'ਚ ਨੇ, ਕੀ ਸਜ਼ਾ ਉਹਨਾਂ ਨੂੰ ਮਿਲਦੀ ਹੈ ਉਹ ਵਕਤ ਦੱਸੇਗਾ, ਕੋਰਟ ਦੱਸੇਗੀ, ਪਰ ਐਥੀਕਲੀ ਔਰ ਮੋਰਲੀ ਉਹਨਾਂ ਦਾ ਬਣਦਾ ਕਿ ਉਹ ਰਿਜ਼ਾਈਨ ਕਰਨ। ਉਹਨਾਂ ਦੀ ਪਾਰਟੀ ਦਾ ਕੋਈ MLA ਜਾਂ ਮਿਨਿਸਟਰ ਚੀਫ ਮਿਨਿਸਟਰ ਬਣਾਇਆ ਜਾਏ, ਕਿਉਂਕਿ ਲੋਕੀ ਸਫ਼ਰ ਕਰਦੇ ਨੇ ਔਰ ਚੀਫ ਮਿਨਿਸਟਰ ਦੇ ਅਹੁਦੇ ਨੂੰ ਉਹਨਾਂ ਨੇ ਬਹੁਤ ਬਹੁਤ ਨੀਵਾਂ ਲੈ ਕੇ ਆਏ ਨੇ। ਔਰ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਐਗਜ਼ਾਮਪਲਸ ਇੱਧਰ ਔਰ ਉੱਧਰ ਕਰ ਰਹੇ ਹਾਂ, ਅਸੀਂ ਸਭ ਤੋਂ ਵੱਡੇ ਮੁੱਦੇ ਤੇ ਆਈਏ ਕਿ ਮੋਰਲੀ ਔਰ ਐਥੀਕਲੀ ਕੇਜਰੀਵਾਲ ਨੂੰ ਰਿਜ਼ਾਈਨ ਕਰਨਾ ਚਾਹੀਦਾ ਔਰ ਆਪਣੀ ਕਿਸੇ ਪਾਰਟੀ ਦੇ MLA ਔਰ ਮਿਨਿਸਟਰ ਨੂੰ ਚੀਫ ਮਿਨਿਸਟਰ ਅਪੁਆਇੰਟ ਕਰਨਾ ਚਾਹੀਦਾ ਤਾਂ ਕਿ ਦਿੱਲੀ ਦੇ ਲੋਕ ਸਫ਼ਰ ਨਾ ਕਰਨ। ਖੜਿਆਲ ਸਾਹਿਬ, ਕੀ ਐਸੀ ਸਥਿਤੀ 'ਚ ਰਾਸ਼ਟਰਪਤੀ ਰਾਜ ਲੱਗ ਸਕਦਾ ਜਿਸ ਦੀਆਂ ਚਰਚਾਵਾਂ ਨੇ? ਦੇਖੋ ਗੱਲ ਇਹ ਹੈ, ਜਾਂ ਸਿਰਫ ਇਹ ਬਿਆਨ ਨੇ? ਦੇਖੋ ਗੱਲ ਇਹ ਹੈ ਬਰਾੜ ਸਾਹਿਬ, ਹੁਣ ਪਹਿਲੀ ਗੱਲ ਤਾਂ ਜਿਹੜੇ ਉਹਦੇ ਅਸੈਂਸ਼ੀਅਲਸ ਹੈ ਰਾਸ਼ਟਰਪਤੀ ਰਾਜ ਲਾਉਣ ਦੇ, ਕਿ ਉਹ ਪੂਰੇ ਹੋ ਰਹੇ ਕਿ ਨਹੀਂ, ਦੈਟ ਡਿਪੈਂਡਸ ਅਪੋਨ ਦੀ ਅਥਾਰਿਟੀ ਹੋਲਡਰ। ਲੇਕਿਨ ਗੱਲ ਬਰਾੜ ਸਾਹਿਬ ਇਹ ਹੈ ਕਿ ਲੋਕਾਂ ਨੂੰ ਕੋਈ ਤਕਲੀਫ ਨਹੀਂ ਆਉਣੀ ਚਾਹੀਦੀ। ਪੋਲੀਟਿਕਸ ਤੇ ਗਵਰਨੈਂਸ ਦੋ ਅੱਡ ਅੱਡ ਚੀਜ਼ਾਂ ਹੈ ਬਰਾੜ ਸਾਹਿਬ। ਠੀਕ ਹੈ, ਹੁਣ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਹਿਸਾਬ ਦੇ ਨਾਲ ਸਟੈਂਡ ਸਟਿਲ ਤੇ ਹੈ, ਵੈਂਡੇਟਾ ਅਸੀਂ ਵੀ ਕਹਿੰਦੇ ਹਾਂ ਹੋਇਆ ਹੋ ਸਕਦਾ, ਅਸੀਂ ਵੀ ਕਹਿ ਰਹੇ ਹਾਂ ਕਿ ਅਰੈਸਟ ਦੇ ਵਿੱਚ ਡਿਲੇ ਹੈਗਾ, ਲੇਕਿਨ ਅਸੀਂ ਨਾਲ ਇਹ ਵੀ ਐਡ ਕਰ ਰਹੇ ਹਾਂ ਵੀ ਜੇ ਕੇਜਰੀਵਾਲ ਸਾਹਿਬ ਬਤੌਰ ਮੁੱਖ ਮੰਤਰੀ ਜੇਲ੍ਹ 'ਚ ਨੇ ਤੇ ਲੋਕਾਂ ਲਈ ਉਹ 'ਚ ਤਕਲੀਫ ਨਹੀਂ, ਲੋਕਾਂ ਲਈ ਉਹ ਤਕਲੀਫ 'ਚ ਨਹੀਂ ਤਬਦੀਲ ਹੋਣਾ ਚਾਹੀਦਾ, ਲੋਕਾਂ ਲਈ ਲੋਕਾਂ ਦੇ ਕੰਮ ਨਹੀਂ ਰੁਕਣੇ ਚਾਹੀਦੇ, ਦਿੱਲੀ ਦਾ ਕੰਮ ਨਹੀਂ ਰੁਕਣਾ ਚਾਹੀਦਾ, ਤੇ ਉਹਦਾ ਇਹਨਾਂ ਨੇ ਜਵਾਬ ਦਿੱਤਾ ਨਹੀਂ। ਦੂਜੀ ਗੱਲ ਬਰਾੜ ਸਾਹਿਬ ਜਿਹੜੀ ਅਸੀਂ ਕਹਿ ਰਹੇ ਹਾਂ ਕਿ ਬਰਾੜ ਸਾਹਿਬ ਇੱਕ ਸੈਕਿੰਡ ਧਾਰਨੀ ਸਾਹਿਬ, ਮੈਨੂੰ ਪਤਾ ਹੈ ਕਿ ਅਸੀਂ ਉਦੋਂ ਸਵਾਲ ਬੀਜੇਪੀ ਨੂੰ ਕਰਦੇ ਤੇ ਤਕਲੀਫ ਸ਼੍ਰੋਮਣੀ ਅਕਾਲੀ ਦਲ ਨੂੰ ਹੋਣ ਲੱਗ ਜਾਂਦੀ ਹੈ। ਮੈਂ ਤਾਂ ਕਹੂੰਗਾ ਇਹਨਾਂ ਦੇ ਖਾਨੇ ਵੀ ਜੇ ਬਦਲ ਦੋਗੇ ਨਾ, 9 ਮਾਸ ਦਾ ਜਿਹੜਾ ਰਿਸ਼ਤਾ ਉਹ ਟੁੱਟਣਾ ਨਹੀਂ ਕਦੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਸਾਡੇ ਲੀਡਰਾਂ ਦੇ ਚੱਲਦੇ ਹੈ ਕੇਸ, ਜੇ ਕਦੇ ਹੱਥ ਮਿਲ ਜਾਂਦਾ ਔਖਾ ਸੌਖਾ ਤੇ ਕੱਲ ਨੂੰ ਹੋ ਸਕਦਾ 1-2 ਤੇ ਕੇਸ ਘੱਟ ਪੈਂਦੇ, ਪੁਲਿਸ ਨੂੰ ਥੋੜਾ ਜਿਹਾ ਹੁੰਦਾ ਵੀ ਯਾਰ ਬੀਜੇਪੀ ਦੇ ਨਾਲ ਭਾਈਵਾਲ ਨੇ, ਵਿਜੀਲੈਂਸ ਨੂੰ ਹੁੰਦਾ। ਲੇਕਿਨ ਮੈਂ ਇੱਕ ਗੱਲ ਦੱਸੂਗਾ ਧਾਰਨੀ ਸਾਹਿਬ, ਕਿ ਮੈਂ ਇੱਕੋ ਗੱਲ ਕਹੂੰਗਾ, ਹੁਣ ਸੁਣ ਲਓ ਧਾਰਨੀ ਸਾਹਿਬ, ਕਿ ਸ਼੍ਰੋਮਣੀ ਅਕਾਲੀ ਦਲ ਐਕਸਪੋਜ਼ ਹੋਇਆ ਚੰਡੀਗੜ੍ਹ ਮੇਅਰ ਪੋਲ 'ਚ, ਵੋਟ ਪਾਈ ਤੁਸੀਂ ਹੱਕ 'ਚ ਇਹਨਾਂ ਦੇ,
ਤੁਸੀਂ ਪੰਜਾਬ ਬਚਾਓ ਯਾਤਰਾ ਚ ਇੱਕ ਲਫ਼ਜ਼ ਚਲੋ ਤੁਸੀਂ ਹੁਣ ਨਵੇਂ ਪਾਸੇ ਨਾ ਲੈ ਕੇ ਜਾਓ ਫਿਰ ਮੈਂ ਕੋਈ ਆਖਰੀ ਆਪਣੇ ਪਾਸੇ ਸਾਹਿਬ ਕੋਲ ਜਾ ਕੇ ਫਿਰ ਜਵਾਬ ਨਹੀਂ ਲਿਆ ਜਾਂਦਾ ਪਾਸੀ ਸਾਹਿਬ ਕਨਕਲੂਡ ਕਰੋ ਪਲੀਜ਼ ਮੈਂ ਬਿਲਕੁਲ ਇਹ ਦੱਸਣਾ ਚਾਹ ਰਿਹਾ ਮੈਂ ਪਹਿਲਾਂ ਵੀ ਜਵਾਬ ਦਿੱਤਾ ਸੀ ਸ਼ਾਇਦ ਇਹਨਾਂ ਨੇ ਨਹੀਂ ਸੁਣਿਆ ਕਿ ਬੜੀ ਐਫੀਸ਼ੀਐਂਟਲੀ ਸਰਕਾਰ ਕੰਮ ਕਰ ਰਹੀ ਹੈ ਦਿੱਲੀ ਦੇ ਲੋਕਾਂ ਨੂੰ ਭੇਜਣੇ ਦੀ ਜ਼ਰੂਰਤ ਨਹੀਂ ਇਹ ਟਾਈਮ ਕਿਹਦੇ ਲਈ ਆਇਆ ਪੂਰੀ ਤਰ੍ਹਾਂ ਸਰਕਾਰ ਖੜੀ ਹੈ ਦੂਜਾ ਜਿਹੜੇ ਜੈਸਮੀਨ ਸੰਧਾ ਵਾਲੀਆ ਜੀ ਨੈਤਿਕਤਾ ਦੀ ਗੱਲ ਕਰ ਰਹੇ ਆ ਅਜੇ ਮਿਸ਼ਰਾ ਟੈਰੀ ਦੇ ਮਸਲੇ 'ਚ ਬੀਜੇਪੀ ਦੀ ਨੈਤਿਕਤਾ ਕਿੱਥੇ ਹੈ ਦੀਪ ਸੈਂਗਰ ਦੇ ਮਸਲੇ 'ਚ ਕਿੱਥੇ ਹੈ ਚਲੋ ਠੀਕ ਹੈ ਮੈਂ ਹੁਣ ਹੋਰ ਲੰਬਾ ਨਹੀਂ ਲੈ ਕੇ ਜਾਣਾ ਮੈਨੂੰ ਇਸ ਡਿਬੇਟ ਨੂੰ ਇੱਥੇ ਵਾਈਂਡ ਅਪ ਕਰਨਾ ਪਏਗਾ ਮੇਰੇ ਕੋਲ ਸਮਾਂ ਖਤਮ ਹੋ ਗਿਆ